ਵਾਹਿ ਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਿਲੰਗ ਕਰ ਦੂਜਾ ਮਹਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਇ ਤੂੰ ਕਰਤਾਰ ਕਰਹਿ ਸੋ ਹੋਏ ਤੁਧ ਬਿਨ ਦੂਜਾ ਨਾਹੀਂ ਕੋਇ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕੇਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਆਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾਪੂਰ ਸੰਤ ਜਨਾ ਕੀ ਬਾਂਛੁ ਤੂਰ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾਪੂਰ ਸੰਤ ਜਨਾ ਕੀ ਬਾਂਛੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਪ੍ਰਭਾਤ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ ਅਹੋ ਭਾਗੀ ਹਾਂ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਸਾ ਕੀ ਵਾਰ ਦਾ ਕੀਰਤਨ
ਸੰਪੂਰਨ ਹੋਇਆ। ਹੁਣ ਸਮਾਂ ਹੈ ਗੁਰ ਸ਼ਬਦ ਵਿਆਖਿਆ ਦਾ, ਜੋ ਅੱਜ ਸਾਨੂੰ ਗੁਰਹੁਕਮ ਪ੍ਰਭਾਤ ਸਮੇਂ ਗੁਰਸਰੂਪ ਪ੍ਰਕਾਸ਼ਿਤ ਹੁੰਦਿਆਂ ਤਾਮੀਰ ਹੋਏ ਨੇ, ਉਹਨਾਂ ਦਾ ਪਾਠ ਆਪ ਸਰਵਨ ਕਰ ਰਹੇ ਸੀ। ਇਹ ਪਾਵਨ ਗੁਰਵਾਕ ਜੋ ਸਿਰਨਾਵਾਂ ਇਸ ਦਾ ਹੈ, ਤਿਲੰਗ ਕਰ ਦੂਜਾ ਮਹਲਾ ਪੰਜਵਾਂ, ਰਾਗ ਤਿਲੰਗ ਅੰਦਰ ਗੁਰੂ ਅਰਜਨ ਮਹਾਰਾਜ ਪੰਚਮ ਪਾਤਸ਼ਾਹ ਇਸ ਪਾਵਨ ਬਚਨ ਨੂੰ ਉਚਰਿਤ ਕਰ ਰਹੇ ਨੇ। ਕਰ ਦੂਜਾ ਅਕਸਰ ਬਾਤ ਹੋਈ ਹੈ, ਕਿਉਂਕਿ ਗੁਰਬਾਣੀ ਦਾ ਵੱਡਾ ਹਿੱਸਾ ਸੰਗੀਤਕ ਲੈ ਤਾਲ ਵਿੱਚ ਆ, ਬੜੇ ਮਿਊਜ਼ੀਕਲ ਸਟਰਕਚਰ 'ਚ ਗੁਰੂ ਬਾਬਾ ਜੀ ਨੇ ਇਸ ਪਾਵਨ ਰਚਨਾ ਨੂੰ ਉਚਰਿਤ ਕੀਤਾ ਹੈ। ਅਤੇ ਉਹਦੇ ਲਈ ਜਦੋਂ ਅਸੀਂ ਕਿਸੇ ਸੰਗੀਤ ਦੀ ਮਿਊਜ਼ਿਕ ਦੀ ਗੱਲ ਕਰਦੇ ਹਾਂ ਤਾਂ ਉਹਦੀਆਂ ਕੁਝ ਕੰਡੀਸ਼ਨਸ ਫੁਲਫਿਲ ਕਰਨੀਆਂ ਹੁੰਦੀਆਂ ਨੇ। ਇੱਕ ਤਾਂ ਜੋ ਮੈਲੋਡੀਅਸ ਨੋਟਸ ਹੁੰਦੇ ਨੇ ਜਿਹਨੂੰ ਅਸੀਂ ਸੁਰ ਕਹਿੰਦੇ ਹਾਂ, ਇੱਕ ਸੁਰ ਦਾ ਤਵਾਜਨ ਆ, ਦੂਸਰਾ ਜਿਸ ਸੁਰ ਵਿੱਚ ਗਾਇਆ ਜਾ ਰਿਹਾ ਉਹਦੇ ਅਕੋਰਡਿੰਗਲੀ ਉਹਨੂੰ ਰਿਦਮ ਚਾਹੀਦੀ ਹੁੰਦੀ ਹੈ, ਥਾਪ। ਸੋ ਸੁਰ ਮੁਜਬ ਰਾਗਾਂ ਨੂੰ ਦਰਜ ਕੀਤਾ ਗੁਰੂ ਬਾਬਾ ਜੀ ਨੇ, ਅਤੇ ਜੋ ਥਾਪਾਂ ਗੁਜਰੇ ਸੀਗਾ ਤਾਲ ਵਾਸਤੇ ਉਹਦੇ ਲਈ ਘਰਾਂ ਦਾ ਜ਼ਿਕਰ ਹੈ। ਸੋ ਦੂਸਰੇ ਘਰ ਦਾ ਇਸਤੇਮਾਲ ਕਰਨਾ ਥਾਪਾਂ ਵਾਸਤੇ। ਵਾਕ ਪ੍ਰਾਰੰਭ ਹੁੰਦਾ ਹੈ, ਅਸੀਂ ਰਹਾਉ ਦੇ ਪਦੇ ਤੋਂ ਹੀ ਵਿਚਾਰ ਪ੍ਰਾਰੰਭ ਕਰਾਂਗੇ। ਸਭ ਜ਼ਿਕਰ ਕਰਦੇ ਨੇ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਮਨੁੱਖ ਲਈ ਜਿਹੜਾ ਇਸ਼ਟ ਦਾ ਤਸੱਵਰ ਆ, ਕਿਸੇ ਦੇਵ ਦਾ ਤਸੱਵਰ ਆ, ਜਾਂ ਕਿਸੇ ਡਿਵਾਈਨ ਦਾ ਕਾਨਸੈਪਟ ਆ, ਜਿਹਦੇ ਨਾਲ ਉਹ ਇਸ ਜੀਵਨ ਦਾ ਇੱਕ ਹਾਇਰ ਪਰਪਸ ਅੰਡਰਸਟੈਂਡ ਕਰਦਾ ਆ। ਆਪਾਂ ਜੀਵਨ ਯਾਪਨ ਵਿੱਚ ਦੇਖਦੇ ਹਾਂ ਨਾ, ਵੀ ਸਾਨੂੰ ਖਾਣਾ ਪੀਣਾ ਹੰਡਾਉਣਾ, ਆਲੇ ਦੁਆਲੇ ਵਸਤਾਂ ਰਸਤਾਂ 'ਚ ਰਹਿਣਾ ਚੰਗਾ ਲੱਗਦਾ, ਪਰ ਇਤਨੇ ਦੇ ਨਾਲ ਮਨੁੱਖ ਦੇ ਜੀਵਨ ਨੂੰ ਤਸੱਲੀ ਨਹੀਂ ਆਉਂਦੀ। ਇਸ ਨੂੰ ਕੋਈ ਹਾਇਰ ਥਾਟ ਵੀ ਚਾਹੀਦਾ ਆ, ਕੋਈ ਹਾਇਰ ਪਰਪਸ ਵੀ ਚਾਹੀਦਾ ਆ। ਜੇ ਨਾ ਹੋਏ ਤਾਂ ਅਲਟੀਮੇਟਲੀ ਵਿਕਾਰਾਂ ਦੀ ਦੁਨੀਆ ਜਿਹੜੀ ਹੈ ਉਹਦੇ 'ਚ ਬੰਦਾ ਚਲਾ ਜਾਂਦਾ। ਇਹ ਅੱਜ ਦੀ ਦੁਨੀਆ 'ਚ ਅਸੀਂ ਜਿਹਦੇ 'ਚ ਬੜਾ ਅਸੀਂ ਬੜਾ ਸਫਿਸਟੀਕੇਟਡ ਵੇ ਨਾਲ ਐਜੂਕੇਸ਼ਨ ਸਾਈਡ ਤੋਂ ਸਮਾਜ ਦੇਖਦੇ ਹਾਂ, ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਦੇਖੀਏ ਤਾਂ ਡੈਫੀਨੇਟਲੀ ਬੰਦਾ ਮੱਧ ਯੁੱਗ ਵਿੱਚ ਜਾਂ ਮੱਧ ਯੁੱਗ ਤੋਂ ਪਹਿਲੇ ਦੀ ਅਵਸਥਾ ਦੀ ਗੱਲ ਕਰੀਏ ਤਾਂ ਉਹਦੇ ਹਜ਼ਾਰਾਂ ਲੱਖਾਂ ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਕੌਣ ਦਏਗਾ? ਉਹਨੇ ਕਿਹਾ ਕੋਈ ਨਾ, ਵਾਹਿਗੁਰੂ ਰੱਬ, ਕੋਈ ਦੇਵਤਾ, ਕੋਈ ਇਸ਼ਟ, ਉਹਦਾ ਤਸੱਵਰ ਕਰਦੇ ਹਾਂ। ਜੋ ਚੀਜ਼ਾਂ ਰਹੀਆਂ ਮੁੱਢ ਕਦੀਮਾਂ ਤੋਂ, ਜਦੋਂ ਯੂਰਪ ਦੇ ਵਿੱਚ ਜਿਹਨੂੰ ਇਨਲਾਈਟਮੈਂਟ ਦਾ ਐਰਾ ਕਹਿੰਦੇ ਨੇ, ਮੱਧ ਯੁੱਗ ਖਤਮ ਹੋਣ 'ਤੇ ਅਤੇ ਮਾਡਰਨਿਜ਼ਮ ਜਿਹੜਾ ਆਮਦ ਦੇ ਵਿੱਚ ਬੜੀਆਂ ਬੜਾ ਲਿਟਰੇਚਰ ਰਚਿਆ ਗਿਆ, ਬੜਾ ਕੁਝ ਲਿਖਿਆ ਗਿਆ, ਉਦੋਂ ਬਹੁਤ ਸਾਰੇ ਲੋਕਾਂ ਨੇ ਚਲੋ ਇਹ ਵੀ ਕਿਹਾ ਕਿ ਇਹ ਜਿਹੜਾ ਗੋਡ ਵਾਲਾ ਕਾਨਸੈਪਟ ਹੈ ਇਹਨੂੰ ਵੀ ਕਲੀਅਰ ਕਰ ਲਈਏ ਥੋੜ੍ਹਾ। ਅਤੇ ਉਹਦੇ ਲਈ ਡੈਫੀਨੇਟਲੀ ਯੂਰਪੀਅਨ ਸੁਸਾਇਟੀ 'ਚ ਤੋਂ ਰਹਿ ਹੀ ਰਹੇ ਸੀਗੇ, ਉੱਥੇ ਤਾਂ ਸਟੱਡੀ ਰਿਸਰਚ ਸੀਗੀ ਉਹਨਾਂ ਦੇ ਕੋਲ। ਉਹਨਾਂ ਕਿ ਉਸ ਤੋਂ ਬਾਹਰ ਨਿਕਲ ਕੇ ਦੇਖਦੇ ਹਾਂ, ਜਿਹੜੇ ਦੁਨੀਆ ਦੇ ਵੱਖਰੇ ਵੱਖਰੇ ਟ੍ਰਾਈਬਸ ਸੀਗੇ, ਮਤਲਬ ਦੂਜੀ ਦੁਨੀਆ ਨਾਲੋਂ ਕੱਟੇ ਹੋਏ ਲੋਕ, ਜਿਵੇਂ ਸਪੋਜ਼ ਕਰੋ ਨੌਰਥ ਅਮੈਰੀਕਾ ਦੇ ਵਿੱਚ ਐਬਰੀਜਨਲਸ ਕਮਿਊਨਿਟੀ ਰਹਿੰਦੀਆਂ ਸੀਗੀਆਂ,
ਉਹਨਾਂ ਦੀ ਕੋਈ ਸਾਂਝ ਨਹੀਂ ਸੀ ਬਾਹਰ ਦੀ ਦੁਨੀਆ ਦੇ ਨਾਲ। ਬਹੁਤ ਸਾਰੇ ਐਸੇ ਤਬਕੇ ਜਿਹੜੇ ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ ਜਾਂ ਥੱਲੇ ਬ੍ਰਾਜ਼ੀਲ ਅਰਜਨਟਾਈਨਾ ਦੇ ਵਿੱਚ ਰਹਿੰਦੇ ਸੀਗੇ, ਜਿਹੜੇ ਬਿਲਕੁਲ ਟੋਟਲੀ ਬਾਹਰੂਨੀ ਦੁਨੀਆ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਸੀਗਾ, ਕਿਉਂਕਿ ਯੂਰਪ ਤਾਂ ਇੱਕ ਪਿੰਡ ਦੀ ਤਰ੍ਹਾਂ ਰਹਿ ਰਿਹਾ ਸੀਗਾ। ਉਹਨਾਂ ਨੂੰ ਬਹੁਤ ਸਾਰਿਆਂ ਨੂੰ ਸਟੱਡੀ ਕੀਤਾ ਗਿਆ। ਹਜ਼ਾਰਾਂ ਹਜ਼ਾਰਾਂ ਇਹੋ ਜਿਹੇ ਕਬੀਲਿਆਂ ਨੂੰ ਸਟੱਡੀ ਕਰਨ ਤੋਂ ਬਾਅਦ ਮਹਿਸੂਸ ਹੋਇਆ ਕਿ ਸਭ ਦੇ ਵਿੱਚ ਕੁਝ ਸਾਂਝਾਪਨ ਵੀ ਹੈ। ਸਾਂਝਾਪਨ ਕੀ ਹੈ? ਸਾਰਿਆਂ 'ਚ ਕੋਈ ਨਾ ਕੋਈ ਧਰਮ ਦਾ ਅਤੇ ਖਾਸ ਕਰਕੇ ਰੱਬ ਦਾ ਸੰਕਲਪ ਮੌਜੂਦ ਆ। ਕੋਈ ਹਾਇਰ ਅਥਾਰਟੀ ਦੀ ਗੱਲ ਹੋ ਰਹੀ ਹੈ, ਕਿਸੇ ਆਪਣੇ ਤੋਂ ਵੱਡੇ ਦੀ ਬਾਤ ਹੋ ਰਹੀ ਹੈ, ਜਿਹੜਾ ਉਸ ਲੈਵਲ 'ਤੇ ਜਿਵੇਂ ਅਸੀਂ ਮਨੁੱਖ ਮੁਯੱਸਰ ਐਵੇਂ ਮੁਯੱਸਰ ਨਹੀਂ, ਮੌਜੂਦ ਨਹੀਂਗਾ। ਜਿੱਥੋਂ ਅਹਿਸਾਸ ਹੋਇਆ ਕਿ ਬੰਦੇ ਦੇ ਵਾਕਿਆ 'ਚ ਜ਼ਹਿਨ ਵਿੱਚ ਬਾਏ ਬਰਥ ਹੀ ਇਹ ਚੀਜ਼ ਆਉਂਦੀ ਹੈ ਕਿ ਕੋਈ ਮੇਰੇ ਤੋਂ ਉੱਪਰ, ਮੇਰੇ ਤੋਂ ਵੱਡਾ ਕੋਈ ਡਿਵਾਈਨ ਮੌਜੂਦ ਆ। ਹਾਂ, ਇਸ ਬਾਬਤ ਮਤਲਬ ਸੰਸਾਰ ਆ, ਅਸੀਂ ਇੱਕ ਦੂਜੇ ਤੋਂ ਇਨਫੋਰਮੇਸ਼ਨ ਗੈਦਰ ਕਰਦੇ ਹਾਂ ਅਤੇ ਉਹਦੇ ਅਕੋਰਡਿੰਗਲੀ ਓਪੀਨੀਅਨ ਬਣਾ ਲੈਂਦੇ ਹਾਂ। ਗੁਰੂ ਮਹਾਰਾਜ ਨੇ ਜਦੋਂ ਬਾਣੀ ਰਚੀ ਹੈ, ਜਦੋਂ ਸਾਰਾ ਉਪਦੇਸ਼ ਦਿੱਤਾ ਆ, ਅਤੇ ਬਾਬਾ ਜੀ ਨੇ ਬਿਲਕੁਲ ਪਿਓਰ ਐਜ਼ ਇਟ ਇਜ਼ ਦਿੱਤਾ, ਜਿਵੇਂ ਮਹਾਰਾਜ ਕਹਿੰਦੇ ਵੀ ਜਿਵੇਂ ਮੈਨੂੰ ਉਸ ਰਚਨਾ ਦਾ ਇਲਹਾਮ ਹੋਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਵੈਸਾ ਹੀ ਗਿਆਨ, ਵੈਸਾ ਹੀ ਸਮਝ ਜਿਹੜੀ ਆਲੇ ਦੁਆਲੇ ਪ੍ਰਵਿਰਤ ਕਰ ਦਿੱਤੀ। ਉਹਦੇ 'ਚ ਬਾਬਾ ਜੀ ਨੇ ਬਿਆਨ ਕੀਤਾ ਕਿ ਜਦੋਂ ਇਸ਼ਟ ਦੀ ਗੱਲ ਆਏਗੀ, ਜਦੋਂ ਵਾਹਿਗੁਰੂ ਦੀ ਗੱਲ ਆਏਗੀ, ਤਾਂ ਉਹ ਇੱਕ ਤਾਂ 2, 4, 5, 10, 15 ਨਹੀਂ ਹੈਗੇ। ਤੁਹਾਡਾ ਇਸ਼ਟ ਹੋਰ, ਮੇਰਾ ਇਸ਼ਟ ਹੋਰ, ਇਹਦਾ ਰੱਬ ਹੋਰ, ਇਹਦਾ ਰੱਬ ਹੋਰ, ਬਾਬਾ ਜੀ ਕਹਿੰਦੇ ਐਸਾ ਨਹੀਂ ਹੈ। ਉਹ ਕਰਨ ਕਰਾਉਣ ਵਾਲਾ ਆਪ ਅਕਾਲ ਪੁਰਖ ਇੱਕ ਹੀ ਹੈ ਅਤੇ ਉਹੀ ਸਾਡਾ ਸਾਰਿਆਂ ਦਾ ਕਰਨ ਆਧਾਰ ਹੈ। ਅਜੇ ਹੁਣ ਆਸਾ ਦੀ ਵਾਰ ਸਮਾਪਤ ਹੋਈ, ਗੁਰੂ ਬਾਬਾ ਜੀ ਸ਼ੁਰੂਆਤ ਹੀ ਇੱਥੋਂ ਕਰਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਉਸਨੇ ਆਪ ਇਹ ਸਾਰੀ ਕੁਦਰਤ ਸਜਾਈ ਹੈ ਅਤੇ ਕੁਦਰਤ ਸਜਾ ਕੇ ਆਪ ਹੀ ਵਿੱਚ ਚਾਅ ਨਾਲ ਆਸਣ ਲਾ ਕੇ ਬੈਠ ਗਿਆ ਹੈ। ਸੋ ਪਾਰ ਬ੍ਰਹਮ ਮੇਰੇ ਤੁਹਾਡੇ ਸਭ ਦੇ ਵਿੱਚ ਦੀ ਮੌਜੂਦਗੀ, ਸਾਨੂੰ ਸਭ ਨੂੰ ਘੜਨ ਵਾਲਾ, ਸਾਨੂੰ ਸਾਰਿਆਂ ਨੂੰ ਪ੍ਰਤਿਪਾਲਣ ਵਾਲਾ, ਰੱਖਣ ਵਾਲਾ ਉਸ ਰੂਪ ਵਿੱਚ ਆ। ਆਪਾਂ ਹੋਰ ਨੈਰੋ ਡਾਊਨ ਕਰਕੇ ਆਪਣੇ ਉਸ ਸਾਊਥ ਏਸ਼ੀਅਨ ਖਿੱਤੇ ਨੂੰ ਦੇਖੀਏ ਅਤੇ ਉੱਥੇ ਦੀ ਟ੍ਰਿਨਿਟੀ ਦਾ ਰੂਲ ਰਿਹਾ ਵੀ ਇੱਕ ਨੇ ਜਨਮ ਦਿੱਤਾ ਆ, ਇੱਕ ਪਾਲ ਰਿਹਾ, ਇੱਕ ਸੰਘਾਰੇਗਾ ਆ ਕੇ। ਜਪਜੀ ਸਾਹਿਬ ਜੀ ਗੁਰੂ ਬਾਬਾ ਜੀ ਤਾਂ ਬਚਨ ਪੜ੍ਹਦੇ ਆ, ਬਾਬਾ ਜੀ ਕਹਿੰਦੇ ਹਾਂ ਆ ਆਈਡੀਆਜ਼ ਹੈਗੇ ਲੋਕਾਂ ਦੇ ਜ਼ਹਿਨ ਦੇ ਵਿੱਚ, ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ। ਇੱਕ ਮਾਈ ਮਾਇਆ ਨੂੰ ਕਿਹਾ ਗਿਆ, ਕਿਸੇ ਢੰਗ ਨਾਲ ਪ੍ਰਸੂਤ ਹੋ ਗਈ, ਵਿਆਹੀ ਦਾ ਮਤਲਬ ਪ੍ਰਸੂਤ ਹੋ ਜਾਣਾ, ਪ੍ਰੈਗਨੈਂਸੀ ਚਲੇ ਜਾਣਾ। ਤਿੰਨ ਚੇਲੇ ਪ੍ਰਵਾਨ, ਤਿੰਨ ਉਹਦੇ ਵਿੱਚੋਂ ਮਤਲਬ ਚੇਲੇ ਕਹਿ ਲਓ ਅਤੇ ਬਾਲਕੇ ਉਹਦੇ ਬੱਚੇ ਔਲਾਦ ਦੇ ਰੂਪ ਦੇ 'ਚ ਆਮਦ ਲੈਂਦੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹਨਾਂ 'ਚ ਇੱਕ ਸੰਸਾਰੀ ਹੈ ਜਿਹੜਾ ਜਨਮ ਹੀ ਦੇ ਰਿਹਾ, ਬਸ ਇੰਨਾ ਹੀ ਕੰਮ ਹੈ ਉਹਦਾ। ਦੂਸਰਾ ਭੰਡਾਰੀ, ਉਹ ਭੰਡਾਰ ਦੇ ਰਿਹਾ, ਉਹ ਸਾਰਿਆਂ ਨੂੰ ਬਸ ਆਰ ਖੁਰਾਕ ਪਹੁੰਚਦੀ ਕਰ ਰਿਹਾ। ਇੱਕ ਲਾਏ ਦੀਵਾਨ, ਇੱਕ ਕਚਹਿਰੀ ਲਾ ਲੈਂਦਾ ਖੀਰ ਦੇ ਵਿੱਚ। ਮਹਾਰਾਜ ਵੀ ਅੱਗੇ ਜਾ ਕੇ ਬਿਆਨ ਕਰਦੇ, ਜਿਹੜੇ ਲੋਕ ਇਸ ਕਿਸਮ ਦਾ ਤਸੱਵਰ ਕਰਦੇ, ਇਸ ਕਿਸਮ ਦੀਆਂ ਸੋਚਾਂ ਸੋਚਦੇ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਜਿਹੜੇ ਇਸ ਜ਼ਹਿਨ ਵਿੱਚ ਸੋਚ ਕੇ ਬੈਠੇ ਨੇ, ਉਹਨਾਂ ਨੂੰ ਅਸਲ ਵਿੱਚ ਨਜ਼ਰ ਹੀ ਨਹੀਂ ਪੈ ਰਿਹਾ, ਅਸਲ ਵਿੱਚ ਅਹਿਸਾਸ ਹੀ ਨਹੀਂ ਹੋ ਰਿਹਾ। ਬਹੁਤਾ ਇਹ ਵਿਡਾਨ ਹੈ, ਇਨ ਡੀਡ
ਜਿਹਨੇ ਸਾਨੂੰ ਜੀਵਨ ਦਿੱਤਾ, ਪਾਲ ਰਿਹਾ, ਜਿਹੜਾ ਅਲਟੀਮੇਟਲੀ ਸੰਹਾਰਨ ਵਾਲਾ, ਬਾਬਾ ਜੀ ਕਹਿੰਦੇ ਇੱਕ ਹੀ ਹੈ, ਉਹਦੀ ਗੱਲ ਹੋ ਰਹੀ ਹੈ। ਤੁਸ ਨੂੰ ਵਾਰ ਵਾਰ ਤਸੱਵਰ ਵੀ ਕੀਤਾ ਗਿਆ ਹੈ ਇਸ ਬਾਬਤ। ਰੈਸ਼ਨਲ ਸਾਈਡ ਤੋਂ ਵੀ ਕਈ ਵਾਰੀ ਲੋਕ ਕਹਿਣਗੇ ਵੀ ਇਹਦੇ ਇਹਦਾ ਇਹਦਾ ਕੀ ਮਾਇਨਾ ਆ। ਆਪਾਂ ਦੁਨੀਆ ਪੱਧਰ 'ਤੇ ਦੇਖ ਲਈਏ, ਨੋ ਡਾਊਟ ਜਿਹੜੇ ਸਾਡੇ ਵੈਸਟਰਨ ਇੰਟਰਸਟ ਨੇ, ਫਾਈਨੈਂਸ਼ੀਅਲ ਇੰਟਰਸਟ ਨੇ, ਸਾਡੇ ਸਰਮਾਏ ਦੇ ਪ੍ਰਤੀ ਸਾਡੇ ਰੁਝੇਵੇਂ ਨੇ, ਸਾਡੀ ਆਪਣੀਆਂ ਲੋੜਾਂ ਥੋੜ੍ਹਾਂ ਦੀ ਪੂਰਤੀ ਹੈ, ਉਹਦੇ ਕਰਕੇ ਸਾਡੀਆਂ ਦੋਸਤੀਆਂ ਬਣਦੀਆਂ ਨੇ, ਉਹਦੇ ਕਰਕੇ ਦੁਸ਼ਮਣੀਆਂ ਬਣਦੀਆਂ ਨੇ। ਸਾਡੇ ਇੰਟਰਸਟ ਹੀ ਦੋਸਤੀ ਕ੍ਰੀਏਟ ਕਰਦੇ ਨੇ, ਸਾਡੇ ਇੰਟਰਸਟ ਹੀ ਦੁਸ਼ਮਣੀ ਕ੍ਰੀਏਟ ਕਰਦੇ ਨੇ, ਇਹ ਨੈਚੁਰਲ ਹੈਗਾ। ਜੇ ਅਸੀਂ ਵਿਕਾਰਾਂ ਦੀ ਦੁਨੀਆ ਵੀ ਦੇਖੀਏ ਨਾ, ਤਾਂ ਕਹਿੰਦੇ ਨੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਜਦੋਂ ਉਹਦੀ ਡੀਪ ਲੈਵਲ 'ਤੇ ਵਿਆਖਿਆ ਪੜ੍ਹੀਏ, ਕਹਿੰਦੇ ਨੇ ਮੌਲਿਕ ਰੂਪ ਦੇ ਵਿੱਚ ਇੱਕ ਵਿਕਾਰ ਹੈ, ਲੋਭ, ਲਾਲਚ, ਗਰੀਡ, ਇਹੀ ਚਲਾਉਂਦਾ ਸਾਨੂੰ। ਹੁਣ ਗਰੀਡ ਇੱਕ ਲਾਲ ਜਿਹੜਾ ਵਿਕਾਰ ਹੈ, ਫਿਰ ਕਹਿੰਦੀਆਂ ਬ੍ਰਾਂਚਸ ਨੇ, ਜਿਹੜਾ ਮੇਰੇ ਲਾਲਚ ਦੀ ਪੂਰਤੀ ਕਰ ਦਿੰਦਾ ਆ, ਮੈਨੂੰ ਬਹੁਤ ਚੰਗਾ ਲੱਗਦਾ, ਮੈਨੂੰ ਉੱਤੇ ਮੋਹ ਆ ਜਾਂਦਾ, ਮੈਂ ਮੋਹਿਆ ਜਾਂਦਾ ਉਹਦੇ ਨਾਲ, ਇੱਥੋਂ ਮੋਹ ਸ਼ੁਰੂ ਹੋ ਜਾਂਦਾ। ਹਰ ਬੰਦਾ ਤਾਂ ਮੇਰਾ ਲਾਲਚ ਨਹੀਂ ਨਾ ਪੂਰਾ ਕਰੇਗਾ, ਉਹਦਾ ਆਪਣਾ ਲਾਲਚ ਵੀ ਹੋਏਗਾ, ਉਹ ਮੇਰੇ ਨਾਲ ਟਕਰਾਏਗਾ। ਜਦੋਂ ਮੇਰਾ ਅਤੇ ਉਹਦਾ ਲਾਲਚ ਟਕਰਾਏਗਾ, ਮੈਨੂੰ ਕ੍ਰੋਧ ਆਏਗਾ ਵੀ ਹਾਓ ਕੰਮ, ਤੇਰਾ ਮੇਰਾ ਲਾਲਚ ਕਿਵੇਂ ਟਕਰਾ ਸਕਦਾ, ਇਹ ਤਾਂ ਖਤਮ ਹੋ ਜਾਣਾ ਚਾਹੀਦਾ, ਇਹ ਮੇਰੇ ਲਾਲਚ ਦੇ ਰਾਹ 'ਚ ਆ ਰਿਹਾ। ਜੇ ਲਗਾਤਾਰ ਲਾਲਚ ਵਧਿਆ ਹੋਇਆ ਪੂਰਾ ਹੁੰਦਾ ਜਾਏ, ਬੰਦਾ ਹੰਕਾਰ ਜਾਂਦਾ। ਬਸ ਆ ਇੱਥੋਂ ਹੀ ਵਿਕਾਰਾਂ ਦੀ ਸਾਰੀ ਪ੍ਰਵਿਰਤੀ ਸ਼ੁਰੂ ਹੁੰਦੀ। ਪਰ ਇਹ ਹੈ, ਹੋਰ ਅਸੀਂ ਇਸ ਨੂੰ ਅੱਗੇ ਲੈ ਚੱਲੀਏ ਅਤੇ ਆਪਣੇ ਲਾਲਚ ਤੋਂ, ਇਹਨਾਂ ਚੀਜ਼ਾਂ ਤੋਂ ਥੋੜ੍ਹਾ ਬਾਹਰ ਨਿਕਲੇ ਬੰਦਾ, ਅਤੇ ਫਿਰ ਬੰਦਾ ਇੱਕ ਦੂਜੇ ਨੂੰ ਜੱਜ ਕਰਦਾ ਹੈ ਉਹਦੀ ਆਸਥਾ ਕਰਕੇ। ਇਹਦੀ ਆਸਥਾ ਕੀ, ਇਹਦਾ ਵਿਸ਼ਵਾਸ ਕੀ ਹੈ, ਇਹ ਕਿਸ ਕਿਸਮ ਦੇ ਇਸ਼ਟ ਦਾ ਤਸੱਵਰ ਕਰਦਾ ਆ। ਅਤੇ ਜਨਰੇਸ਼ਨ ਬਾਏ ਜਨਰੇਸ਼ਨ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਤੁਰਿਆ ਲਗਾ ਆਉਂਦਾ। ਜੇ ਆਪਾਂ ਇਸ ਵਕਤ ਜੋ ਹਾਲਾਤ ਮਿਡਲ ਈਸਟ 'ਚ ਦੇਖ ਰਹੇ ਹਾਂ, ਗਾਜ਼ਾ ਦੇ ਅਤੇ ਇਜ਼ਰਾਈਲ ਫਿਲਸਤੀਨ ਦਾ ਸਾਰਾ ਇਸ਼ੂ, ਆਪ ਦੇਖੋ ਕਿਵੇਂ ਮਤਲਬ ਡਿਸਕ੍ਰਾਈਬ ਕੀਤਾ ਜਾ ਰਿਹਾ। ਹੁਣ ਇੱਕ ਬੱਚਾ ਆ, ਉਹ ਤਾਂ ਜੇ ਉਹਦੀ ਉਮਰ 4 ਸਾਲ ਆ, 5 ਸਾਲ ਆ, ਉਹ ਪੈਦਾ ਹੋਇਆ ਆ, ਅਤੇ ਉਹਨੂੰ ਆ ਕੇ ਕੁਛ ਬੰਬ ਲੱਗਦਾ ਆ, ਗੋਲੀ ਵੱਜਦੀ ਆ ਉਸਨੂੰ, ਅਤੇ ਉਹਨੂੰ ਤਾਂ ਪਤਾ ਵੀ ਨਹੀਂ ਕੁਛ, ਪਰ ਉਹਦੀ ਜਿਹੜੀ ਬਿਲੀਵ ਸਟਰਕਚਰ ਆ ਉਹਦਾ, ਉਹ ਡਿਸਾਈਡ ਕਰੇਗਾ ਕਿ ਇਹਨੂੰ ਕਿਵੇਂ ਵੇਖਿਆ ਜਾਏ, ਉਹਦੇ ਫੈਮਿਲੀ ਦਾ ਬਿਲੀਵ ਸਟਰਕਚਰ ਕੀ ਸੀਗਾ। ਜੇ ਉਹਦਾ ਬਿਲੀਵ ਸਟਰਕਚਰ ਕਿਸੇ ਮੁਅੱਜ਼ਜ਼ ਵਾਲੇ ਪਾਸੇ ਜਾਂਦਾ, ਫਿਰ ਹੋਰ ਤਰ੍ਹਾਂ ਟ੍ਰੀਟ ਹੋਏਗਾ। ਜੇ ਉਹ ਕਿਸੇ ਬਾਅਦ ਵਿੱਚ ਆਈ ਪੈਦਾ ਹੋਈ ਤਾਰਾ ਮੁਹੰਮਦਿਜ਼ਮ ਦੇ ਵਾਲੇ ਪਾਸੇ ਜਾਏਗਾ, ਉਹਦੇ ਨਾਲ ਹੋਰ ਤਰ੍ਹਾਂ ਟ੍ਰੀਟ ਕੀਤਾ ਜਾਏਗਾ। ਅਤੇ ਇਹ ਭਾਈ ਗੁਰਦਾਸ ਜੀ ਨੇ ਰਚਨਾਵਾਂ ਪੜ੍ਹੀਆਂ ਨਾ, ਜਦੋਂ ਉਹ ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸੱਚ ਤਾਂ ਦਿਸ ਹੀ ਨਹੀਂ ਰਿਹਾ। ਦੋ ਅਧਿਆਤਮੀ ਤਲ ਦੇ ਆਗੂ ਅਖਵਾਉਣ ਵਾਲੇ ਲੋਕ ਉਹ ਟਕਰਾ ਰਹੇ ਨੇ, ਐਗਜੈਕਟਲੀ ਉਹ ਚੀਜ਼ ਆ। ਹਾਂ, ਥੋੜ੍ਹਾ ਬਹੁਤਾ ਰੂਪ ਬਦਲਿਆ ਹੋ ਸਕਦਾ, ਥੋੜ੍ਹੇ ਨਾਂ ਬਦਲੇ ਹੋ ਸਕਦੇ ਨੇ, ਅਦਰਵਾਈਜ਼ ਤਾਂ ਟਕਰਾ ਇਹੀ ਹੈ। ਜਦੋਂ ਮੇਰਾ ਤੁਹਾਡਾ ਸਭ ਦਾ ਇਸ਼ਟ ਇੱਕ ਹੈ, ਜਦੋਂ ਮੈਨੂੰ ਤੁਹਾਨੂੰ ਸਭ ਨੂੰ ਪੈਦਾ ਕਰਨ ਵਾਲਾ ਇੱਕ ਆ, ਜਦੋਂ ਅਸੀਂ ਸਾਰੇ ਵਾਹਿਗੁਰੂ ਦੀ ਔਲਾਦ ਆ। ਬਾਬਾ ਜੀ ਕਹਿੰਦੇ ਵਾਹਿਗੁਰੂ ਸਭ ਦਾ ਪਿਤਾ ਆ, ਏਕ ਪਿਤਾ ਏਕ ਸਕੇਹ ਮੁਬਾਰਕ ਤੂੰ ਮੇਰਾ ਗੁਰਹਾਈ। ਕਹਿੰਦੇ ਹਾਂ ਏਕ ਪਿਤਾ ਆ, ਪਰ ਨਾ ਤੁਹਾਡਾ ਘੱਟ ਆ ਅਤੇ ਮੇਰਾ ਜ਼ਿਆਦਾ। ਬਾਬਾ ਜੀ ਕਹਿੰਦੇ ਨਾ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਂਝਾ ਸਾਹਿਬ ਆ,
ਜਿੰਨਾ ਤੇਰਾ ਉਤਨਾ ਹੀ ਮੇਰਾ, ਉਤਨਾ ਹੀ ਤੀਸਰੇ ਦਾ, ਉਤਨਾ ਹੀ ਚੌਥੇ ਦਾ, ਇਸ ਰੂਪ ਵਿੱਚ ਬਾਤ ਕੀਤੀ ਗਈ। ਗੁਰੂ ਮਹਾਰਾਜ ਦੀ ਬਾਣੀ 'ਚ ਭਗਤਾਂ ਦੀ ਰਚਨਾ ਪੜ੍ਹੀਏ, ਉਹ ਕਹਿੰਦੇ ਉਹ ਬੰਦੇ ਆ ਯੂਨੀਵਰਸਲ ਲਾਤ ਨੂੰ ਕਿਉਂ ਨਹੀਂ ਸਮਝ ਆ ਰਿਹਾ। ਅਵਲ ਅੱਲਹ ਨੂਰ ਉਪਾਇਆ, ਯੂਨੀਵਰਸਲ ਲਾ ਕੁਦਰਤ ਕੇ ਸਭ ਬੰਦੇ। ਅੱਛਾ, ਪੈਦਾਇਸ਼ ਏਕ ਨੂਰ ਤੇ ਸਭ ਜਗ ਉਪਜਿਆ, ਮਤਲਬ ਕਿਹਨੂੰ ਮਾਈਨਸ ਕਰੋਗੇ ਵੀ ਨਹੀਂ ਨਹੀਂ ਇਹ ਉਸ ਨੂਰ ਦਾ ਹਿੱਸਾ ਨਹੀਂ, ਇਹ ਉਸ ਅਲਾਹੀ ਹਸਤੀ ਦਾ ਹਿੱਸਾ ਨਹੀਂ ਗਾ। ਕਿਹਾ ਨਾ, ਏਕ ਨੂਰ ਤੇ ਸਭ ਜਗ ਉਪਜੇ, ਕੌਣ ਭਲੇ ਕੋ ਮੰਦੇ, ਕਿਹਨੂੰ ਭਲਾ ਕਹੀਏ ਕਿਹਨੂੰ ਮੰਦਾ ਕਹੀਏ। ਇਨਡੀਡ, ਹਾਂ ਸੰਸਾਰੀ ਤੌਰ 'ਤੇ ਸਾਡੇ ਅਮਲ ਅਮਾਲ ਚੰਗੇ ਮਾੜੇ ਹੋ ਸਕਦੇ ਨੇ, ਪਰ ਜੇ ਧਿਆਨ ਨਾਲ ਦੇਖੀਏ ਤਾਂ ਵਾਹਿਗੁਰੂ ਦੀ ਸਾਰੀ ਔਲਾਦ ਹੈ, ਉਹਦੇ ਹੀ ਅਸੀਂ ਸਾਰੇ ਜੀਆ ਜਾਂਦੇ ਹਾਂ। ਫਿਰ ਇਸੇ ਅਹਿਸਾਸ ਨੂੰ ਬਾਬਾ ਜੀ ਨੇ ਕਿਹਾ, ਆਪਣੇ ਤੌਰ 'ਤੇ ਜੇ ਸੋਚੇਗਾ, ਆਪਣੀ ਮਤ ਨਾਲ ਸੋਚੇਗਾ, ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ, ਤਾਂ ਯਕੀਨਨ ਤੌਰ 'ਤੇ ਆਪਣੇ ਨੂੰ ਵੱਡਾ ਮੰਨੇਗਾ, ਕਹੇਗਾ ਵੀ ਮੈਂ ਵੱਡਾ ਆ, ਮੈਨੂੰ ਪਤਾ ਆ, ਮੇਰੀ ਸਾਰੀ ਚੜ੍ਹਤ ਆ, ਮੈਨੂੰ ਹੀ ਇਸ ਰੂਪ ਦੇ 'ਚ। ਗੁਰੂ ਬਾਬਾ ਜੀ ਕਹਿੰਦੇ ਜਿਹੜਾ ਅਧਿਆਤਮੀ ਤਲ 'ਤੇ ਬੰਦਾ ਥੋੜ੍ਹਾ ਉੱਕਰ ਜਾਂਦਾ, ਉਹ ਕਹਿੰਦਾ ਨਹੀਂ, ਅਸਲ 'ਚ ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਉਸ ਵੱਡੀ ਤਸਵੀਰ ਦਾ ਇੱਕ ਛੋਟਾ ਜਿਹਾ ਜ਼ਰਰਾ ਵਾਂ। ਅਸਲ ਰੂਪ ਦੇ ਵਿੱਚ ਜਿਹੜਾ ਆਹ ਸ਼ਬਦ ਆਇਆ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਸਭ ਤੋਂ ਉੱਤੇ ਉਹ ਆਪ ਹੀ ਹੈ, ਉਹਦੇ ਸਾਹਮਣੇ ਅਰਦਾਸ ਮਿੰਨਤ ਤਰਲਾ ਬੇਨਤੀ ਕਰਨੀ ਚਾਹੀਦੀ ਹੈ ਸਾਨੂੰ, ਅਤੇ ਸਭ ਨੂੰ ਕਰਨੀ ਚਾਹੀਦੀ। ਇਸ ਲਈ ਭਗਤੀ ਭਾਵ ਜਦੋਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਤਾਂ ਬਾਬਾ ਜੀ ਕਹਿੰਦੇ ਨੇ, ਹਾਂ ਤੂੰ ਨਹੀਂ ਭਗਤੀ ਕਰਨੀ, ਤੇਰੀ ਮਰਜ਼ੀ ਹੈ, ਤੈਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ, ਪਰ ਮੈਂ ਆਪਣੀ ਗੱਲ ਦੱਸਦਾ ਹਾਂ। ਬਾਬਾ ਜੀ ਆਪਣੇ 'ਤੇ ਟੁਕਾ ਕੇ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ, ਭਗਤੀ ਤੋਂ ਵਹੀਣਾ ਹੋ ਕੇ ਮੈਂ ਮਰ ਜਾਵਾਂਗਾ ਅਤੇ ਖਸਮ ਦਾ ਨਾਂ ਥੋੜ੍ਹਾ ਮਰ ਜਾਏਗਾ, ਇਹਦੇ ਨਾਲ ਮੇਰੀ ਹੀ ਜ਼ਿੰਦਗੀ ਜਿਹੜੀ ਹੈ ਉਹ ਛੋਟੀ ਰਹੇਗੀ, ਦੁੱਖਾਂ ਦਾ ਸਬੱਬ ਰਹੇਗੀ, ਔਗਣਾਂ ਨਾਲ ਭਰ ਜਾਏਗੀ, ਜੇ ਮੈਂ ਉਸ ਵਾਹਿਗੁਰੂ ਨਾਲ ਜੁੜ ਜਾਵਾਂਗਾ। ਜਿਵੇਂ ਦੇ ਬਾਬਤ ਲਿਟਰੇਚਰ 'ਚ ਬਹੁਤ ਸਾਰੀਆਂ ਐਗਜ਼ਾਮਪਲਸ ਕੀਤੀਆਂ ਜਾਂਦੀਆਂ ਹਨ। ਉਹ ਕਹਿੰਦੇ ਇੱਕ ਬੜਾ ਵੱਡਾ ਵੱਟ ਵਰਿਕਸ਼ ਆ, ਬੜਾ ਵੱਡਾ ਬੋਰਡ ਦਾ ਦਰਖਤ ਕਹਿ ਲਓ, ਅਤੇ ਉਹ ਖੁੱਲ੍ਹੇ ਅਸਮਾਨਾਂ ਵਿੱਚ ਹਵਾਵਾਂ ਮਾਣ ਰਿਹਾ ਬੜੀਆ ਵਧੀਆ, ਉਹਦੇ ਪੈਰਾਂ 'ਚ ਛੋਟੀਆਂ ਛੋਟੀਆਂ ਵੇਲਾਂ ਪੈਦਾ ਹੁੰਦੀਆਂ ਬਿਲਕੁਲ ਉਹਦਾ ਜਿੱਥੇ ਉਹਦੀਆਂ ਜੜ੍ਹਾਂ ਨੇ, ਅਤੇ ਉਹ ਵੇਖਦੀਆਂ ਉਸ ਵੱਟ ਵਰਿਕਸ਼ ਵੱਲ, ਅਤੇ ਕਹਿੰਦੀਆਂ ਕਮਾਲ ਹੈ, ਇੰਨਾ ਉੱਚਾ, ਇੰਨਾ ਵੱਡਾ, ਇੰਨੀਆਂ ਹਵਾਵਾਂ ਮਾਣ ਰਿਹਾ, ਕਾਸ਼ ਅਸੀਂ ਵੀ ਇੰਨੀਆਂ ਉੱਚੀਆਂ ਹੋ ਸਕਦੀਆਂ, ਇੰਨੀਆਂ ਵੱਡੀਆਂ ਹੋ ਸਕਦੀਆਂ, ਪਰ ਕੀ ਕੀਤਾ ਜਾਏ, ਛੋਟੀਆਂ ਛੋਟੀਆਂ ਵੇਲਾਂ ਨੇ, ਨਾ ਉਹਨਾਂ 'ਚ ਲੱਕੜ ਹੈ, ਨਾ ਤਾਕਤ ਹੈ, ਨਾ ਉਸ ਕਿਸਮ ਦਾ ਫਾਈਬਰ ਹੈ, ਉਹ ਤਾਂ ਧਰਤੀ 'ਤੇ ਰੇਂਗ ਰਹੀਆਂ ਨੇ ਵਿਚਾਰੀ। ਕਿਸੇ ਨੇ ਕਿਹਾ ਨਹੀਂ ਨਹੀਂ ਤੁਸੀਂ ਵੀ ਇੰਨੀਆਂ ਉੱਚੀਆਂ ਹੋ ਸਕਦੀਆਂ ਹੋ, ਕਿਵੇਂ, ਇੱਕ ਕੰਮ ਕਰੋ, ਇਹ ਜਿਹੜਾ ਬੋਰਡ ਆ, ਵੱਟ ਵਰਿਕਸ਼ ਆ, ਇਸ ਨਾਲ ਪ੍ਰੀਤ ਵਧਾ ਲਓ, ਇਹਦੇ ਨਾਲ ਜੱਫਾ ਪਾ ਲਓ, ਇਹਦੇ ਨਾਲ ਸਾਂਝ ਪਾ ਲਓ, ਇਹਦੇ ਤਣੇ ਨੂੰ ਚੰਬੜ ਜਾਓ, ਇਹਦੀਆਂ ਟਾਣੀਆਂ ਸ਼ਾਖਾਵਾਂ ਨੂੰ ਚੰਬੜ ਜਾਓ, ਕਰਦਿਆਂ ਕਰਦਿਆਂ ਜਿੱਡਾ ਵੱਡਾ ਬਿਰਖ ਆ, ਅਸੀਂ ਲਿਟਰੇਚਰ ਦਾ ਵਾਕ ਪੜ੍ਹਦੇ ਹਾਂ, ਸੰਗ ਕੀਜੀਏ ਬੜਨ ਸਿਉਂ ਹੋਤ ਬੜਨ ਸਿਉਂ ਮੇਲ, ਸਭ ਜਾਣਤ ਹੈ ਬੜਤ ਹੈ ਬਿਰਖ ਬਰਾਬਰ ਬੇਲ। ਸੰਗ ਕੀਜੀਏ ਬੜਨ ਸਿਉਂ, ਵੱਡੇ ਨਾਲ ਸੰਗ ਕਰੋ, ਅਤੇ ਵੱਡਾ ਸਭ ਤੋਂ ਵੱਡਾ, ਵੱਡੀ ਨੂੰ ਵੱਡਾ ਅਪਾਰ, ਤੇਰਾ ਮਰਤਬਾ ਵਾਹਿਗੁਰੂ, ਜਿਹਦਾ ਮਰਤਬਾ ਮੈਂ ਤੁਸੀਂ ਕੋਈ ਇਮੈਜਿਨ ਹੀ ਨਹੀਂ ਕਰ ਸਕਦਾ, ਕਿਉਂ ਨਾ ਉਹਦੇ ਨਾਲ ਜੁੜਿਆ ਜਾਏ। ਗੁਰੂ ਮਹਾਰਾਜ ਦੀ ਬਾਣੀ ਦਾ ਵਚਨ ਪੜ੍ਹਦੇ ਹਾਂ, ਬਾਬਾ ਜੀ ਕਹਿੰਦੇ, ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ, ਜੇ ਜੁੜਨਾ ਹੀ ਹੈ, ਜੇ ਆਸਥਾ ਹੀ ਕਰਨੀ ਹੈ, ਫਿਰ ਉਹਦੀ ਕਰੋ ਜਿਹੜਾ ਸਭ ਤੋਂ ਵੱਡਾ ਬੇਅੰਤ ਆ।
ਜਿਹਦੇ ਅੱਗੇ ਸਭ ਕੁਝ ਹੀ ਨਿਵਿਆ ਪਿਆ ਹੈ। ਕਿਹਾ ਸੰਗ ਕੀਜੀਏ ਬੜਨ ਸਿਓ ਹੋਤ ਬੜਨ ਸਿਓ ਮੇਲ, ਸਭ ਜਾਣਤ ਹੈ ਬੜਤ ਹੈ ਬਿਰਖ ਬਰਾਬਰ ਵੇਲ। ਜਦੋਂ ਉਹ ਵੇਲ ਉਸ ਬਿਰਖ ਦੇ ਨਾਲ ਉਸ ਰੂਪ ਵਿੱਚ ਸਹਾਰਾ ਲੈਂਦੀ ਹੈ ਤੇ ਫਿਰ ਉਹ ਆਲਮੀ ਰਜ ਉਸ ਰੂਪ ਵਿੱਚ ਉਹਦੀ ਜਿਹੜੀ ਹਸਤੀ ਹੋ ਜਾਂਦੀ ਹੈ। ਜਾਂ ਮਹਾਰਾਜ ਬਿਆਨ ਕਰਦੇ ਕਿ ਪ੍ਰੀਤ ਪਾਰ ਬ੍ਰਹਮ ਮੌਲ ਮਨਾ, ਮੇਰੇ ਮਨਾਂ ਤੂੰ ਮੌਲਣਾ ਚਾਹੁੰਦਾ ਆ, ਕਿਉਂਕਿ ਮੌਲਾ ਰੱਬ ਦਾ ਨਾਮ ਹੀ ਹੈ। ਇਬਰਾਹਿਮੀ ਦੁਨੀਆਂ ਦੇ ਵਿੱਚ ਕਿਹਾ ਜਾਂਦਾ ਉਹ ਮੌਲਾ ਹੈ, ਜਿਵੇਂ ਅੱਲਾਹ ਕਹਿੰਦੇ ਇਸੇ ਰੂਪ ਦੇ ਵਿੱਚ ਮੌਲਾ ਹੋਣਾ। ਜਾਂ ਕੋਈ ਬੰਦਾ ਬੜਾ ਬੇਪਰਵਾਹ ਹੋਏ ਨਾ, ਇੱਕ ਕਹਿੰਦਾ ਲਾਪਰਵਾਹ, ਲਾਪਰਵਾਹ ਨੂੰ ਅਸੀਂ ਲਾਈਕ ਨਹੀਂ ਕਰਦੇ, ਜਿਹੜਾ ਮਤਲਬ ਜਾਣ ਬੁੱਝ ਕੇ ਕੁਝ ਮਿਸਟੇਕਸ ਕਰਦਾ, ਗਲਤੀਆਂ ਕਰਦਾ, ਅਸੀਂ ਕਹਿੰਦੇ ਨਾ ਉਹਨੇ ਲਾਪਰਵਾਹ, ਇਹ ਧਿਆਨ ਨਹੀਂ ਦਿੰਦਾ। ਬੇਪਰਵਾਹ ਜਿਹੜਾ ਆਪਣਾ ਹਿੱਸਾ ਰੋਲ ਪਲੇਅ ਕਰਦਾ ਅਤੇ ਫਿਰ ਬਹੁਤ ਰਿਜ਼ਲਟ ਦੀ ਕੇਅਰ ਨਹੀਂ ਕਰਦਾ, ਉਹ ਕਹਿੰਦਾ ਜੋ ਕਰਤਾਰ ਨੂੰ ਭਾਵੇ। ਉਸ ਨੂੰ ਅਸੀਂ ਕਈ ਵਾਰੀ ਕੀ ਕਹਿ ਦਿੰਦੇ ਹਾਂ, ਇਹ ਬੰਦਾ ਬੜਾ ਮੌਲਾ ਬੰਦਾ ਆ, ਇੱਥੇ ਮੀਨ ਇਹ ਮੌਲ ਰਿਹਾ। ਇਹ ਛੋਟੀਆਂ ਛੋਟੀਆਂ ਚੀਜ਼ਾਂ 'ਚ ਲੋਸ ਨਹੀਂ ਹੁੰਦਾ, ਗਵਾਚਦਾ ਨਹੀਂ ਗਾ। ਬਾਬਾ ਜੀ ਕਹਿੰਦੇ ਪ੍ਰੀਤ ਪਾਰ ਬ੍ਰਹਮ ਮੌਲ ਮਨਾ, ਅੱਜ ਦਾ ਬਚਨ ਆ, ਸਭ ਉੱਪਰ ਪਾਰ ਬ੍ਰਹਮ ਦਾ ਤਾਰ ਹੈ, ਮੇਰੇ ਮਨਾ ਉਸ ਪਾਰ ਬ੍ਰਹਮ ਦੇ ਨਾਲ ਪ੍ਰੀਤ ਪਾ ਲੈ, ਸਾਂਝ ਪਾ ਲੈ, ਮੌਲ ਮਨਾ। ਫਿਰ ਇਹ ਵੀ ਹੁੰਦਾ, ਅੱਛਾ ਗੱਲ ਤਾਂ ਠੀਕ ਹੈ, ਮਨ ਮੌਲ ਜਾਏ, ਮਨ ਬੇਪਰਵਾਹ ਹਾਲਤ 'ਚ ਆ ਜਾਏ, ਉਸ ਵਾਹਿਗੁਰੂ ਦੇ ਨਾਲ ਸੰਗ ਹੋ ਜਾਏ ਦਾ, ਪਰ ਹੋਏ ਕਿਵੇਂ? ਸਾਹਿਬ ਕਹਿੰਦੇ ਗਿਆਨ ਕਮਾਈਐ ਪੂਛ ਜਨਾ, ਗਿਆਨ ਕਮਾਈਐ, ਜਿਹੜੇ ਸਾਡੇ ਆਲੇ ਦੁਆਲੇ ਸਿਆਣੇ ਸੁਚੱਜੇ ਲੋਕ ਨੇ ਉਹਨਾਂ ਕੋਲੋਂ ਗਿਆਨ ਲੈ ਲਿਆ ਜਾਏ। ਅਤੇ ਗੁਰੂ ਸਾਹਿਬ ਨੇ ਤਰਸ ਇਹ ਕੀਤਾ ਵੀ ਕਿੱਥੋਂ ਕਿੱਥੋਂ ਲੈਣ ਜਾਏਗਾ ਗਿਆਨ, ਕਿਹਦੇ ਕੋਲੋਂ ਮੰਗੇਗਾ? ਤੈਨੂੰ ਨਾ ਗਿਆਨ ਦਾ ਸਰੋਵਰ ਹੀ ਬਣਾ ਕੇ ਦੇ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਪੂਰੇ ਦਾ ਪੂਰਾ, ਮਤਲਬ ਬਾਣੀ ਸਾਰੀ ਭਗਤਾਂ ਦੀ, ਗੁਰੂ ਸਾਹਿਬ ਦੀ, ਗਿਆਨ ਦਾ ਹੀ ਸਰੋਵਰ, ਇਹੋ ਜਿਹੇ ਬਚਨ ਇਹਨੂੰ ਕਮਾ। ਹੋਰ ਬਾਣੀ 'ਚ ਪੜ੍ਹ ਲਈਏ, ਮਹਾਰਾਜ ਕਹਿੰਦੇ ਪੋਥੀ ਪੁਰਾਣ ਕਮਾਈ ਹੈ, ਆ ਜਿਹੜੇ ਪੋਥੀ ਗ੍ਰੰਥ ਸਾਹਿਬ ਰਚੇ ਸਾਰੇ, ਇਸ ਕਰਕੇ ਰਚੇ, ਇਹਨਾਂ ਦੀ ਕਮਾਈ ਕਰੀਏ। ਹੁਣ ਪੋਥੀ ਦੀ ਕਮਾਈ ਕੀ ਹੋਏਗੀ? ਪੋਥੀ ਦੀ ਕਮਾਈ ਤਾਂ ਉਹਨੂੰ ਪੜ੍ਹਨਾ ਆ, ਉਹਨੂੰ ਸੁਣਨਾ ਆ, ਸਮਝਣਾ ਆ, ਅਤੇ ਵਗਦੀ ਵਾਹੀ ਜੋ ਮੇਰੇ ਅੰਦਰ ਚੱਲ ਰਿਹਾ ਆ ਉਸਨੂੰ ਇਸ ਗ੍ਰੰਥ ਦੇ ਜ਼ਰੀਏ, ਇਸ ਰੋਜ਼ ਸੋਚ ਦੇ ਜ਼ਰੀਏ, ਇਸ ਵਿਚਾਰ ਦੇ ਜ਼ਰੀਏ ਦਰੁਸਤ ਕਰਨਾ ਆ, ਇਹ ਗਿਆਨ ਕਮਾਉਣਾ ਆ, ਐਜ਼ ਆਈ ਅੰਡਰਸਟੈਂਡ। ਬਾਬਾ ਜੀ ਬਿਆਨ ਕਰਦੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇੱਤ ਤਨ ਪਾਈ ਹੈ, ਭਉ ਦੀ ਵੱਟੀ ਪਾ ਨਿਰਮਲ ਡਰ। ਜਿਵੇਂ ਹੁਣ ਸਰਲ ਕਰਕੇ ਬਿਆਨ ਕਰਾਂ, ਹੈਗੇ ਤਾਂ ਗੁਰਮੁਖੀ ਅੱਖਰ ਹੀ ਨੇ, ਬੰਦਾ ਕਿਹਾ ਪੰਜਾਬੀ ਹੈ, ਗੁਰੂ ਮਹਾਰਾਜ ਦੀ ਪੋਥੀ ਹੈ, ਗੁਰੂ ਮਹਾਰਾਜ ਦਾ ਸਰੂਪ ਆ, ਇਹ ਕੋਈ ਬੁੱਕ ਨਹੀਂ ਗੇ। ਜੇ ਮੈਂ ਇਹਨੂੰ ਇਕੱਲੀ ਬੁੱਕ ਸਮਝਾਂਗਾ ਫਿਰ ਆਮ ਡਨ, ਫਿਰ ਮੇਰੀ ਰਿਲੇਸ਼ਨਸ਼ਿਪ ਉਹਦੇ ਨਾਲ ਉਹ ਨਹੀਂ ਹੈ। ਜੇ ਮੇਰੇ ਲਈ ਕੋਈ ਗਿਆਨ ਦਾ ਉਮਦਾ ਸਰੋਵਰ ਆ, ਕੋਈ ਉਮਦਾ ਰਚਨਾ ਆ, ਮੇਰੇ ਗੁਰੂ ਕਾ ਹੁਕਮ ਆ, ਇਹਦਾ ਇੱਕ ਇੱਕ ਬਚਨ ਮੇਰੇ ਵਾਸਤੇ ਅਲਾਹੀ ਹੈ, ਫਿਰ ਮੇਰੀ ਇਹਦੇ ਨਾਲ ਸਾਂਝ ਵੱਖਰੇ ਕਿਸਮ ਦੀ ਹੋਏਗੀ। ਪੌਵਟੀ ਇਹ ਤਨ ਪਾਈ ਹੈ, ਸੱਚ ਬੂਝਣ, ਕਿਉਂਕਿ ਸੱਚ ਨੂੰ ਸਮਝਣਾ, ਰਿਐਲਿਟੀ ਨੂੰ ਪਰਸੀਵ ਕਰਨਾ, ਉਹਦੇ ਲਈ ਇਹਦੀ ਮਦਦ ਲਈ ਜਾਏ। ਸੋ ਇਹ ਹੈ ਵਾਹਿਗੁਰੂ ਦਾ ਨਾਮ ਵੱਡਾ ਆ, ਬੇਅੰਤ ਆ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗਨ ਆ ਏਕ ਨਾ ਜਾਪਨ ਕਰਤਬਾ, ਐਸੇ ਐਸੇ ਕਰਤਬ, ਐਸੇ ਐਸੇ ਰੰਗ ਪਰੰਗ ਨੇ, ਅਸੀਂ ਉਹਦੀ ਕਰਤਬ ਸਮਝ ਵੀ ਨਹੀਂ ਸਕਦੇ। ਗੁਰੂ ਬਾਬਾ ਜੀ ਕਹਿੰਦੇ ਵਾਹਿਗੁਰੂ ਦੇ ਬਾਬਤ, ਹਾਂ ਹਾਲਾਂਕਿ ਅਨਫੋਰਚੁਨੇਟ ਗੱਲ ਇਹ ਹੈ ਕਿ ਅਸੀਂ ਐਸਟ੍ਰੋਲੋਜੀ ਤੋਂ ਲੈ ਕੇ ਅਤੇ ਪਤਾ ਨਹੀਂ ਕੀ ਕੁਝ ਲੋਕ ਫੋਲੋ ਕਰਦੇ ਲੱਭਦੇ,
ਇਹ ਨਿਆਂ ਭਵਿੱਖਬਾਣੀ ਕਰਤੀ, ਇਹ ਨਿਆਂ ਕਰਤਾ, ਇਹ ਨਿਆਂ ਕਹਿ ਦਿੱਤਾ। ਬਾਣੀ ਇਹ ਕਹਿ ਰਹੀ ਹੈ ਕਿ ਉਹਦੇ ਜਿਹੜੇ ਰੰਗ ਪਰੰਗ ਨੇ ਕੋਈ ਸਮਝ ਨਹੀਂ ਸਕਦਾ। ਜਿਹੜਾ ਹੁਕਮ ਦਾ ਤਸੱਵਰ ਆ ਨਾ, ਐਕਚੁਲੀ ਹੈ ਹੀ ਅਨਸਰਟਨਟੀ ਨੂੰ ਐਕਸੈਪਟ ਕਰਨਾ ਅਤੇ ਇੰਜੋਏ ਕਰਨਾ। ਇਹੀ ਪਾਰ ਬ੍ਰਹਮ ਦਾਤਾਰ ਦਾ ਹੁਕਮ ਹੈ। ਮਹਾਰਾਜ ਦੀ ਬਾਣੀ 'ਚ ਅਸੀਂ ਕਿੰਨੀ ਕਿੰਨੀ ਵਾਰੀ ਬਚਨ ਵਿਚਾਰਿਆ ਭਗਤ ਫਰੀਦ ਜੀ ਦਾ, ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕਿਉਂਕਿ ਉਹ ਪਾਰ ਬ੍ਰਹਮ ਦਾਤਾਰ ਹੈ ਅਤੇ ਸਭ ਉੱਪਰ ਹੈ, ਉਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ। ਕਿਆ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਅਤੇ ਬਾਜ ਕਿਤੇ ਪਏ, ਬਾਜ ਪਏ ਤਿਸ ਰੱਬ ਦੇ। ਅਕਸਰ ਹੁੰਦਾ ਬੰਦਾ ਕਹਿੰਦਾ ਇਹ ਆ ਪਤਾ ਨਹੀਂ ਕਿੱਥੋਂ ਕਿਉਂ ਗਲਤ ਕੰਮ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਬਾਬਾ ਜੀ ਕਹਿੰਦੇ ਕੁਛ ਵੀ ਨਹੀਂ, ਇਹ ਵਾਹਿਗੁਰੂ ਦੇ ਹੁਕਮ ਦਾ ਤਸੱਵਰ ਹੈ। ਚਿੰਤਾ ਤਾਂ ਕੀਜੀ ਹੈ ਜੋ ਅਨਹੋਣੀ ਹੋਏ, ਅਨਹੋਣਾ ਤਾਂ ਕੁਛ ਵੀ ਨਹੀਂ। ਸੋ ਮੌਲ ਮਨਾ, ਮਨ ਮੌਲੇਗਾ ਕਦੋਂ, ਜਦੋਂ ਇਸ ਚੀਜ਼ ਨੂੰ ਅਹਿਸਾਸੇਗਾ। ਗਿਆਨ ਕਮਾਈਏ ਪੂਛ ਜਨਾ, ਇਹੋ ਜਿਹੇ ਜਨ ਲੋਕਾਂ ਦੇ ਬਚਨ ਬੋਲ ਵਾਰ ਵਾਰ ਦੁਹਰਾਓ, ਸੁਣੋ, ਸਮਝੋ। ਹੋ ਸਕਦਾ ਮਨ ਇਸ ਸਟੇਟ ਆਫ ਮਾਇੰਡ ਤੱਕ ਪਹੁੰਚ ਜਾਏ ਜਿੱਥੇ ਇਹ ਵੀ ਮੌਲ ਜਾਏ। ਸੋ ਜਿਹੜਾ ਪਾਰ ਬ੍ਰਹਮ ਦਾਤਾਰ ਆ, ਉਹਦੇ ਨਾਲ ਜਦੋਂ ਮਨ ਦੀ ਉਸ ਤਰੀਕੇ ਦੀ ਐਸੋਸੀਏਸ਼ਨ ਆ, ਮਹਾਰਾਜ ਕਹਿੰਦੇ ਸਭ ਉੱਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਫਿਰ ਉਹਦੀ ਟੇਕ 'ਤੇ ਆਧਾਰ ਆ ਨਾ, ਵਾਹਿਗੁਰੂ ਦਾ ਨਾਮ ਖਤਮ ਹੋਏ, ਨਾ ਵਾਹਿਗੁਰੂ ਦੀ ਆਭਾ ਖਤਮ ਹੋਏ, ਨਾ ਵਾਹਿਗੁਰੂ ਖਤਮ ਹੋਏ, ਅਤੇ ਬੰਦਾ ਫਿਰ ਬੰਦਾ ਕਿਉਂ ਡਿੱਗੇਗਾ, ਕਿਉਂ ਡੋਲੇਗਾ, ਕਿਉਂ ਘਬਰਾਏਗਾ। ਉਹਦੀਆਂ ਸਾਰੀਆਂ ਜਿੰਨੀਆਂ ਮਤਲਬ ਕਹਿ ਲਓ ਐਨਗਜ਼ਾਇਟੀਜ਼ ਨੇ, ਸਭ ਚੀਜ਼ਾਂ ਇਹਦਾ ਹੀ ਵਿਰਾਮ ਆ, ਇੱਥੇ ਜਾ ਕੇ ਖਤਮ ਹੁੰਦੀਆਂ ਨੇ, ਇਹ ਰਹਾਉ ਦਾ ਬੰਦ ਆ। ਹੁਣ ਅੱਜ ਸ਼ੁਰੂਆਤੀ ਪਦੇ 'ਚ ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੂੰ ਕਰਤਾਰ ਕਰੇ ਸੋ ਹੋਏ। ਕਰਤਾਰ ਇਹ ਗੁਰੂ ਮਹਾਰਾਜ ਨੇ ਜਿਵੇਂ ਬਹੁਤ ਸਾਰੇ ਸ਼ਬਦਾਂ ਦਾ ਬੜਾ ਇਸਤੇਮਾਲ ਕੀਤਾ ਹੈ, ਪਾਰ ਬ੍ਰਹਮ ਦਾ ਇਸਤੇਮਾਲ ਵੀ ਬਾਣੀ 'ਚ ਤੁਹਾਨੂੰ ਮੋਸਟਲੀ ਮਿਲੇਗਾ। ਜਾਂ ਨਿਰੰਕਾਰ, ਗੁਰੂ ਨਾਨਕ ਮਹਾਰਾਜ ਦੀ ਇਹ ਵੋਕੈਬਲਰੀ ਹੈ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਹੈ। ਇਜ਼ਨ ਬਿਨ ਕਰਤਾਰ, ਬਾਬਾ ਜੀ ਹਮੇਸ਼ਾ ਇੱਕੋ ਹੀ ਬਚਨ ਮੂੰਹ ਤੋਂ ਬੋਲਿਆ ਕਰਦੇ ਸੀ ਜਿੱਥੇ ਜਾਂਦੇ ਸੀ, ਸਤ ਕਰਤਾਰ, ਸਤ ਕਰਤਾਰ, ਕਰਤਾਰ ਰਹਿਣ ਵਾਲਾ। ਪਹਿਲਾ ਨਗਰ ਵਸਾਇਆ, ਮਹਾਰਾਜ ਜ਼ਮੀਨ ਲੱਭ ਰਹੇ ਸੀਗੇ ਪਹਿਲੀ ਉਦਾਸੀ ਤੋਂ ਜਦੋਂ ਵਾਪਸ ਆਏ, ਅਤੇ ਕਰਦਿਆਂ ਕਰਦਿਆਂ, ਕਿਉਂਕਿ ਉਹਨਾਂ ਸਮਿਆਂ ਦੇ 'ਚ ਆਮ ਕਰਕੇ ਜ਼ਮੀਨਾਂ ਵਗੈਰਾ ਮੁਯੱਸਰ ਨਹੀਂ ਸੀ ਹੁੰਦੀਆਂ, ਫਿਊਡਲ ਸਿਸਟਮ ਸੀਗਾ, ਜਗੀਰਦਾਰੀ ਨਿਜ਼ਾਮ ਸੀਗਾ, ਅਤੇ ਉਹਦੇ ਅੰਦਰ ਜ਼ਮੀਨ ਮੋਸਟਲੀ ਜਿਹੜਾ ਹੁਕਮਰਾਨ ਬਾਦਸ਼ਾਹ ਹੁੰਦਾ ਸੀ ਉਹਦੀ ਹੁੰਦੀ ਸੀਗੀ, ਅਤੇ ਉਹ ਜਿਹਨੂੰ ਚਾਹੇ ਉਹਨੂੰ ਆਪਣਾ ਪਟਾ ਕੱਟ ਕੇ ਕੁਛ ਸਮੇਂ ਲਈ ਉਹਨੂੰ ਕਹਿਦੇ ਵੀ ਲੈ ਤੈਨੂੰ ਅੱਜ ਜਿਹੜੀ ਆ ਜ਼ਮੀਨ ਦੇ ਦਿੱਤੀ ਹੈ, ਇਸ ਤਰ੍ਹਾਂ ਕਹਿ ਲਓ ਲੀਜ਼ 'ਤੇ ਲਈ ਹੋਈ ਲੈਂਡ, ਇਸ ਤਰ੍ਹਾਂ ਹੁੰਦੀ ਸੀ। ਕਿਤੇ ਕਿਤੇ ਹੁੰਦੀ ਸੀ ਕਿਸੇ ਕੋਲ ਕੋਈ ਆਪਣੀ ਬੈ ਖਰੀਦ ਜ਼ਮੀਨ ਹੁੰਦੀ ਸੀਗੀ, ਉਹਦੇ ਉੱਤੇ ਡਾਇਰੈਕਟਲੀ ਹਕੂਮਤ ਦਾ ਜਾਂ ਹੁਕਮਰਾਨ ਸਮਾਜ ਜਮਾਤ ਦਾ ਉਸ ਰੂਪ ਵਿੱਚ ਕਬਜ਼ਾ ਨਹੀਂ ਸੀ ਹੁੰਦਾ। ਇਹੋ ਜਿਹੇ ਟੁਕੜੇ ਮਿਲਣੇ ਬਹੁਤ ਮੁਸ਼ਕਲ, ਨਾਮੁਮਕਿਨ ਹੁੰਦੇ ਸੀਗੇ, ਕਿਤੇ ਕੋਈ ਹੈ ਕੋਈ ਮਿਲ ਜਾਏ। ਖੈਰ ਇਸ ਤਰੀਕੇ ਨਾਲ ਬਾਬਾ ਜੀ ਕੁਝ ਜ਼ਮੀਨ ਲੱਭ ਰਹੇ, ਕਿਉਂਕਿ ਜਿਹੜੀ ਜਿੱਥੇ ਗੁਰੂ ਮਹਾਰਾਜ ਤਲਵੰਡੀ ਰਹਿ ਰਹੇ ਨੇ, ਇੱਥੇ ਵੀ 1500 ਮੁਰੱਬੇ ਦੀ ਜ਼ਗੀਰ ਹੈ ਪੂਰੀ ਰਾਏ ਭੋਏ ਜੀ ਦੀ, ਜਿਨ੍ਹਾਂ ਨੇ 750 ਮੁਰੱਬਾ ਆਪਣੇ ਜੀਵਨ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਕਰਾ ਕਰ ਦਿੱਤਾ ਸੀਗਾ। ਹੁਣ ਸਾਰਾ ਰਿਕਾਰਡ ਮਿਲਦਾ ਸਾਨੂੰ, ਜਦੋਂ 20 ਰੁਪਏ ਵਾਲੀ ਘਟਨਾ ਹੋਈ ਨਾ, ਅਤੇ ਪਿਤਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਥੱਪੜ ਲਗਾ ਦਿੱਤਾ,
ਅਤੇ ਰਾਏ ਬੁਲਾਰਜ ਨੂੰ ਬਹੁਤ ਇਸ ਗੱਲ 'ਤੇ ਮਲਾਲ ਹੋਇਆ ਅਤੇ ਉਹਨਾਂ ਨੇ ਬੁਲਾਇਆ ਫਿਰ ਆਪਣੇ ਕੋਲ ਅਤੇ ਪੁੱਛਿਆ ਵੀ ਇਹ ਕਿਉਂ ਤੂੰ ਮਤਲਬ ਗੁਰੂ ਨਾਨਕ ਮਹਾਰਾਜ ਦੇ ਨਾਲ ਇਸ ਤਰੀਕੇ ਦਾ ਵਿਹਾਰ ਕੀਤਾ ਆ? ਅਤੇ ਉਹ ਬਾਬਾ ਕਾਲੂ ਜੀ ਥੋੜ੍ਹੇ ਗੁੱਸੇ ਵਿੱਚ ਵੀ ਆਏ, ਕਹਿਣ ਲੱਗੇ ਵੀ ਕਮਾਲ ਹੈ, ਮੇਰਾ ਬੇਟਾ ਆ ਅਤੇ 20 ਰੁਪਿਆਂ ਦਾ ਨੁਕਸਾਨ ਕਰਕੇ ਆ ਗਿਆ ਅਤੇ ਮੈਂ ਉਹਨੂੰ ਝਿੜਕ ਵੀ ਨਹੀਂ ਸਕਦਾ, ਇਹ ਤਾਂ ਗਲਤ ਬਿਲਕੁਲ ਗਲਤ ਗੱਲ ਆ ਨਾ। ਅਤੇ ਇਹਦੇ ਰਾਏ ਬੁਲਾਰਜ ਦੇ ਘਰੋਂ ਸੀ ਬੀਬੀ ਖੋਖਰਾ, ਬਹੁਤ ਭਜਨੀਕ ਬੀਬੀ ਸੀ, ਉਹਦਾ ਜ਼ਿਕਰ ਮਿਲਦਾ। ਅਤੇ ਉਹ ਹਰਮ ਦੇ ਅੰਦਰ ਪਰਦੇ ਦੇ ਅੰਦਰ ਰਹਿੰਦੀਆਂ ਨਾ, ਤੂੰ ਬਿਲਕੁਲ ਪਰਦੇ ਦੇ ਨਾਲ ਲੱਗ ਕੇ ਖੜੀ ਸੀ। ਵੀ ਰਾਏ ਜੀ ਅੱਜ ਬੜੇ ਗੁੱਸੇ 'ਚ ਨੇ, ਪਤਾ ਨਹੀਂ ਕੀ ਹੋਏਗਾ, ਮਹਿਤਾ ਕਾਲੂ ਜੀ ਨੂੰ ਪਟਵਾਰੀ ਜੀ ਨੂੰ ਬੁਲਾਇਆ ਹੈਗਾ ਅਤੇ ਕੁਝ ਇਸ ਰੂਪ ਦੇ ਵਿੱਚ। ਅਤੇ ਰਾਏ ਬੁਲਾਰ ਨੇ ਆਪਣੀ ਵਾਈਫ ਨੂੰ ਬੀਬੀ ਖੋਖਰਾ ਜੀ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਤਿਜੋਰੀ 'ਚੋਂ 20 ਦਮੜੇ ਕੱਢ ਕੇ ਲਿਆ। ਅਤੇ ਉਹ 20 ਦਮੜੇ ਕੱਢ ਲਿਆਈ, ਕੱਢ ਕੇ ਲਿਆਈ ਅਤੇ ਲਿਆ ਕੇ ਮਹਿਤਾ ਕਾਲੂ ਦੇ ਹੱਥ 'ਤੇ ਰੱਖ ਦੇ, ਲੈ ਤੇਰੇ 20 ਦਾ ਨੁਕਸਾਨ ਅਸੀਂ ਭਰ ਦਿੰਦੇ ਹਾਂ, ਪਰ ਤੂੰ ਨਾਨਕ ਜੀ ਦੇ ਨਾਲ ਅੱਜ ਤੋਂ ਬਾਅਦ ਕੋਈ ਇਸ ਕਿਸਮ ਦੇ ਨਾਲ ਤਲਹ ਕਲਾਮੀ ਨਹੀਂ ਕਰਨੀ। ਅਤੇ ਮਹਿਤਾ ਕਾਲੂ ਜੀ ਫਿਰ ਹੋਰ ਗੁੱਸੇ ਥੋੜ੍ਹਾ ਮਲਾਲ ਆਇਆ, ਕਹਿਣ ਲੱਗੇ ਕਮਾਲ ਆ, ਮੇਰੇ ਘਰ ਇਹੋ ਜਿਹੀ ਔਲਾਦ ਪੈਦਾ ਹੋ ਗਈ ਅਤੇ ਮੈਨੂੰ ਆਪਣੇ ਘਰ ਵੀ ਨੁਕਸਾਨ ਸਹਿਣਾ ਪੈ ਰਿਹਾ ਅਤੇ ਲੋਕਾਂ ਤੋਂ ਵੀ ਇਹ ਸਭ ਕੁਝ ਸੁਣਨਾ ਪੈ ਰਿਹਾ ਹੈ। ਅਤੇ ਰਾਏ ਬੁਲਾਰ ਦੇ ਬੜੇ ਕਮਾਲ ਦੇ ਬਚਨ ਨੇ, ਉਹ ਕਹਿੰਦਾ ਕਾਲੂ ਜੀ ਕਾਸ਼ ਇਹ ਬੱਚਾ ਮੇਰੇ ਘਰ ਪੈਦਾ ਹੋਇਆ ਹੁੰਦਾ, ਮੈਨੂੰ ਤਾਂ ਇਸ ਗੱਲ ਦਾ ਵੀ ਕੋਈ ਝੋਰਾ ਨਹੀਂਗਾ ਕਿ ਮੇਰੇ ਘਰ ਪੈਦਾ ਨਹੀਂ ਹੋਇਆ, ਮੇਰੇ ਨਗਰ ਪੈਦਾ ਹੋਇਆ, ਮੇਰੇ ਗ੍ਰਾਮ ਪੈਦਾ ਹੋਇਆ, ਮੈਂ ਆਪਣੇ ਆਪ ਵੱਡਾ ਭਾਗੀ ਮੰਨਦਾ ਹਾਂ। ਅਤੇ ਬਾਕੀ ਗੱਲ ਰਹੀ ਤੇਰੇ ਘਰੋਂ ਆਪਣੇ ਘਰ ਲਿਆਉਣ ਦੀ, ਮੈਂ ਚਾਹਾਂ ਤਾਂ ਸਵੇਰੇ ਲੈ ਆਵਾਂ ਜਾ ਕੇ, ਇਹਦੇ 'ਚ ਕਿਹੜਾ ਜਗੀਰਦਾਰ ਹੈ ਮੈਨੂੰ ਕੋਲ? ਪਰ ਇਹੀ ਸਿੱਖਿਆ ਆ ਮੈਂ ਕਿ ਇਹ ਚੀਜ਼ ਠੀਕ ਵਾਜਬ ਨਹੀਂ ਲੱਗਦੀ। ਬਾਕੀ ਗੱਲ ਰਹਿ ਗਈ ਨੁਕਸਾਨ ਦੀ, ਅਤੇ ਨੁਕਸਾਨ ਤੁਹਾਡਾ ਭਰ ਦਿੱਤਾ ਆ, ਜੇ ਹੋਰ ਕੁਛ ਚਾਹੀਦਾ ਤਾਂ ਉਹ ਵੀ। ਅਤੇ ਫਿਰ ਉਹ ਮਹਿਤਾ ਕਾਲੂ ਜੀ ਕਹਿਣ ਲੱਗੇ ਠੀਕ ਹੈ ਜੀ, ਜੇ ਐਵੇਂ ਤੁਸੀਂ ਉਸਨੂੰ ਹੋਰ ਜ਼ਿਆਦਾ ਹੌਸਲਾ ਦਿਓਗੇ ਤਾਂ ਹੋਰ ਨੁਕਸਾਨ ਕਰੇਗਾ, ਸਾਰਾ ਹੀ ਕਰ ਦੇਗਾ। ਅਤੇ ਰਾਏ ਬੁਲਾਰ ਕਹਿੰਦਾ ਅੱਛਾ ਸਾਰਾ ਕਰ ਦੇਗਾ, ਚਲੋ ਠੀਕ ਹੈ, ਫਿਰ ਕਿੰਨਾ ਕੁ ਕਰ ਦੇਗਾ? ਆਉਂਦੀ ਫਸਲ ਦੀ ਗਿਰਦਾਵਰੀ ਕਰਨੀ ਹੈ ਤੁਸੀਂ, ਅਤੇ ਕੰਮ ਕਰਿਓ ਮੇਰੇ ਨਾਂ ਨਾ ਕਰਿਓ, ਨਾਨਕ ਦੇ ਨਾਮ ਕਰਿਓ। ਅਸੀਂ ਦੇਖਦੇ ਹਾਂ ਕਿੰਨਾ ਨੁਕਸਾਨ ਕਰਦਾ ਨਾਨਕ, ਅਸੀਂ ਉਹਨੂੰ ਕਰਨ ਦਿੰਦੇ ਹਾਂ। ਉਸ ਤੋਂ ਬਾਅਦ ਫਿਰ 750 ਮਰਬੇ ਜ਼ਮੀਨ ਗੁਰੂ ਨਾਨਕ ਮਹਾਰਾਜ ਦੇ ਨਾਮ ਦੇ ਨਾਲ ਅਗਲੀ ਫਸਲ ਤੋਂ ਚੜ ਗਏ। ਮਤਲਬ ਇਹ ਵੈਸੇ ਬੜਾ ਗਜਬ ਆ। ਮੈਂ ਉਸ ਦਿਨ ਗੁਰਪੁਰਬ ਤੋਂ ਹੀ ਬਾਤ ਕਰ ਰਿਹਾ ਸੀਗਾ ਕਿ ਜਿਹੜੇ ਅਸੀਂ ਜਿਵੇਂ ਅੰਮ੍ਰਿਤਸਰ ਸਾਹਿਬ ਆ, ਇਹਦਾ ਨਾਮ ਚੱਕ ਗੁਰੂ ਕਾ ਚੱਕ ਗੁਰੂ ਰਾਮਦਾਸ, ਫਿਰ ਹੌਲੀ ਹੌਲੀ ਅੰਮ੍ਰਿਤਸਰ ਦੇ ਤੌਰ 'ਤੇ ਰਿਫਲੈਕਟ ਕਰਦਾ ਹੈ। ਇਨ ਬਿਨ ਗੋਇੰਦਵਾਲ ਆ, ਗੋਇੰਦੇ ਮਰਵਾਹੇ ਦੀ ਜ਼ਮੀਨ ਸੀਗੀ, ਗੁਰੂ ਅਮਰਦਾਸ ਸਾਹਿਬ ਨੇ ਨਗਰ ਵਸਾਇਆ, ਇੱਥੋਂ ਇਹ ਨਗਰ ਦਾ ਨਾਂ ਪੈ ਗਿਆ। ਮਹਾਰਾਜ ਨੇ ਹੋਰ ਵੀ ਬਹੁਤ ਸਾਰੇ ਨਗਰ, ਮੈਂ ਕਰਤਾਰਪੁਰ ਦੀ ਮੈਂ ਬਾਤ ਕਰ ਲੂੰਗਾ, ਸੋ ਉਹਦੀ ਵੀ ਗੱਲ ਕਰਦਾ। ਪਰ ਕਮਾਲ ਇਹ ਆ ਵੀ ਜਿਹੜਾ ਨਨਕਾਣਾ ਸਾਹਿਬ ਆ, ਰਾਏ ਭੋਏ ਦੀ ਤਲਵੰਡੀ ਨਨਕਾਣੇ 'ਚ ਕਿਵੇਂ ਕਨਵਰਟ ਹੋ ਗਈ ਕਿਸੇ ਨੂੰ ਨਹੀਂ ਪਤਾ। ਮਤਲਬ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਹੀ ਇਹਦਾ ਨਾਮ ਨਾਨਕਾਣਾ, ਅਸੀਂ ਨਨਕਾਣਾ ਕਹਿ ਦਿੰਦੇ ਇਕੱਠਾ, ਵੈਸੇ ਨਾਨਕਾਣਾ ਜਿੱਥੇ ਨਾਨਕ ਦੀ ਆਮਦ ਹੋਈ ਐਵੇਂ ਮਸ਼ਹੂਰ ਹੋ ਗਿਆ। ਲੋਕਾਂ ਨੂੰ ਤਲਵੰਡੀ ਭੁੱਲ ਹੀ ਗਿਆ, ਉਹ ਕਹਿੰਦੇ ਨਾਨਕਾਣਾ ਜਾਣਾ ਨਾਨ। ਇਹ ਉਸੇ ਸਮੇਂ ਦੇ ਵਿੱਚ ਇਹ ਆਪਣੇ ਇਹ ਵਾਕਿਆ 'ਚ ਕੁਝ ਵਾਹਿਗੁਰੂ ਦਾ ਆਪਣਾ ਹੁਕਮ ਹੈ ਜਿਹੜਾ ਸਭ ਕੁਝ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਉਹ ਵਾਕਿਆ 'ਚ ਉਹਨੇ ਪਠਾਇਆ ਹੈ।
ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਬਾਬਾ ਜੀ ਉਹ ਜ਼ਮੀਨ ਲੱਭ ਰਹੇ ਜਿਹੜੀ ਜ਼ਖੀਰ ਨਾ ਹੋਏ ਕਿਸੇ ਦੀ, ਜਿਹਦੀ ਮਲਕੀਅਤ ਵਾਕਿਆ 'ਚ ਕਿਸੇ ਕੋਲ ਆਪਣੀ ਹੋਏ ਤੇ ਉਹ ਮਲਕੀਅਤ ਨੂੰ ਪਾਸ ਔਨ ਕਰ ਸਕੇ। ਫਿਰ ਇੱਥੇ ਰਾਵੀ ਦੇ ਕੰਢੇ ਪੱਖੋ ਕੇ ਰੰਧਾਵੇ ਵਾਲੇ ਜਿਹੜੇ ਉਹ ਚੌਧਰੀ ਸੀਗੇ, ਉਹਨਾਂ ਨੇ ਵਿੱਚ ਪੈ ਕੇ ਲੱਭ ਲਭਾ ਕੇ ਬੰਦਾ ਲੱਭਿਆ। ਦੋਧਾ ਖੱਤਰੀ ਇਹਦੀ ਜ਼ਮੀਨ ਸੀਗੀ, ਅਤੇ ਇਸਨੇ ਗੁਰੂ ਨਾਨਕ ਮਹਾਰਾਜ ਨੂੰ ਜਦੋਂ ਪਤਾ ਲੱਗਾ ਵੀ ਉਹ ਜ਼ਮੀਨ ਲੱਭ ਰਹੇ ਨੇ, ਫਿਰ ਜ਼ਮੀਨ ਔਫਰ ਕੀਤੀ ਵੀ ਹਾਂ ਮੇਰੀ ਜ਼ਮੀਨ ਲੈ ਲਓ। ਬਾਬਾ ਜੀ ਨੇ ਦੇਖਿਆ ਹਾਂ ਜ਼ਮੀਨ ਬੜੀ ਬੜਾ ਫਰਟਾਈਲ ਟੁਕੜਾ ਹੈ, ਜ਼ਮੀਨ ਦਾ ਬੜਾ ਵਧੀਆ, ਇੱਥੇ ਅਸੀਂ ਇੱਕ ਨਵਾਂ ਨਗਰ ਵਸਾਉਂਦੇ ਹਾਂ। ਅਤੇ ਫਿਰ ਇਹ ਕਹਿਣ ਲੱਗਾ ਦੋਧਾ ਖੱਤਰੀ ਵੀ ਬਾਬਾ ਜੀ ਹੁਣ ਦੇਖੋ ਤੁਹਾਡੀ ਇੱਛਾ ਪੂਰੀ ਹੋਣ ਲੱਗੀ ਹੈ ਅਤੇ ਮੈਨੂੰ ਇਹ ਮੌਕਾ ਬਣਿਆ ਆ, ਅਤੇ ਤੁਸੀਂ ਇੱਕ ਤਰਸ ਕਰੋ, ਮੇਰੀ ਇੱਕ ਗੱਲ ਜ਼ਰੂਰ ਮੰਨ ਲਿਓ। ਬਾਬਾ ਜੀ ਕਹਿੰਦੇ ਵੀ ਦੁੱਧ 'ਚ ਮੰਨਣ ਵਾਲੀ ਹੋਈ ਜ਼ਰੂਰ ਮੰਨਾਂਗੇ। ਕਹਿਣ ਲੱਗਾ ਜੀ ਜ਼ਮੀਨ ਦੀ ਭੇਟਾ ਇਹੀ ਸਮਝ ਲਵਾਂਗਾ ਮੈਂ। ਮਹਾਰਾਜ ਕਹਿੰਦੇ ਨਹੀਂ, ਜ਼ਮੀਨ ਦੀ ਭੇਟਾ ਤਾਂ ਮੁੱਲ ਉਤਾਰਾਂਗੇ ਤੈਨੂੰ, ਜਦੋਂ ਕੰਟਰੀਬਿਊਟ ਕਰਨਾ ਹੈ ਤੇਰੇ ਤੋਂ ਲੈ ਲਾਂਗੇ ਥੋੜ੍ਹਾ, ਪਰ ਜ਼ਮੀਨ ਦਾ ਮੁੱਲ ਉਤਾਰਾਂਗੇ ਅਸੀਂ। ਪਰ ਦੱਸ ਤੂੰ ਗੱਲ ਕੀ ਹੈ? ਕਹਿਣ ਲੱਗਾ ਜੀ ਗੱਲ ਇਹ ਹੈ, ਭੇਟਾ ਇਤਨੀ ਹੋਈ ਇਸ ਜ਼ਮੀਨ ਦੀ ਕਿ ਮੈਂ ਤੁਹਾਨੂੰ ਇਸ਼ਕ ਬੜਾ ਕਰਦਾ, ਮੇਰੀ ਪ੍ਰੀਤ ਬੜੀ ਹੈ ਤੁਹਾਡੇ ਨਾਲ, ਅਤੇ ਮੇਰੀ ਇੱਛਾ ਇਹ ਹੈ ਕਿ ਇੱਥੇ ਜਿਹੜਾ ਨਗਰ ਵਸੇ ਨਾ ਉਹਦਾ ਨਾਂ ਨਾਨਕਪੁਰ ਹੋਏ। ਬਾਬਾ ਜੀ ਕਹਿਣ ਲੱਗੇ ਨਾ ਦੋਦੇ, ਇੱਕ ਤਾਂ ਤੇਰਾ ਕਲੇਮ ਠੀਕ ਨਹੀਂ ਵੀ ਤੂੰ ਸਾਨੂੰ ਪਿਆਰ ਕਰਦਾ। ਕਹਿਣ ਲੱਗੇ ਮਹਾਰਾਜ ਇਹ ਕਿਵੇਂ ਕਹਿ ਸਕਦੇ ਹੋ ਤੁਸੀਂ, ਮੈਂ ਵਾਕਿਆ ਜੀ ਪਿਆਰ ਕਰਦਾ? ਬਾਬਾ ਜੀ ਕਹਿੰਦੇ ਨਹੀਂ, ਜਿਹੜਾ ਨਾਨਕ ਨੂੰ ਪਿਆਰ ਕਰਦਾ ਉਹ ਇਹ ਗੱਲ ਕਹਿ ਹੀ ਨਹੀਂ ਸਕਦਾ। ਕਹਿਣ ਲੱਗਾ ਮਹਾਰਾਜ ਕਿੱਥੇ ਕਮੀ ਕਿੱਥੇ ਰਹਿ ਗਈ? ਸਾਹਿਬ ਕਹਿੰਦੇ ਨਾਨਕ ਨੂੰ ਪਿਆਰ ਕਰਨ ਵਾਲੇ ਨੂੰ ਪਤਾ ਆ ਨਾਨਕ ਦੀ ਆਵਾਜ਼ ਕੀ ਹੈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਨਾਨਕ ਨੂੰ ਸੁਣਨਾ ਹੀ ਨਾਨਕ ਦੇ ਨਾਲ ਜੁੜਨਾ ਆ। ਜਿਹਨੇ ਨਾਨਕ ਸੁਣਿਆ ਨਹੀਂ ਉਹ ਨਾਨਕ ਦਾ ਅਜੇ ਨਾਨਕ ਦਾ ਚਾਹਵਾਨ ਨਹੀਂ ਹੋਇਆ। ਕਹਿਣ ਲੱਗੇ ਤੂੰ ਕਦੀ ਸੁਣਿਆ ਨਹੀਂ? ਕਹਿਣ ਲੱਗਾ ਮਹਾਰਾਜ ਬੜਾ ਸੁਣਿਆ। ਮਹਾਰਾਜ ਕਹਿੰਦੇ ਅੱਛਾ ਕੋਈ ਚੀਜ਼ ਤਾਂ ਯਾਦ ਹੋਏਗੀ, ਤੂੰ ਨਾਨਕ ਨੂੰ ਯਾਦ ਕਰਦਾ ਹੋਏਗਾ। ਕਹਿਣ ਲੱਗਾ ਤੁਹਾਡਾ ਬੋਲਾ ਸਤ ਕਰਤਾਰ ਸਤ ਕਰਤਾਰ, ਬਸ ਇਹ ਕੰਨਾਂ 'ਚ ਹੀ ਗੂੰਜਦਾ ਰਹਿੰਦਾ। ਬਾਬਾ ਜੀ ਕਹਿੰਦੇ ਬਸ ਦੋਦੇ, ਮੈਂ ਤੂੰ ਤੇ ਸਾਰੀ ਕਾਇਨਾਤ ਬਦਲਣ ਵਾਲੀ ਹੈ, ਜਿਹੜਾ ਨਹੀਂ ਬਦਲਣਾ ਉਹ ਕਰਤਾਰ ਆਪ ਹੈ। ਨਗਰ ਵਸੇਗਾ ਇੱਥੇ, ਉਹ ਵਸੇਗਾ ਕਰਤਾਰ ਦੇ ਨਾਂ 'ਤੇ, ਕਰਤਾਰਪੁਰ ਇੱਥੋਂ ਨਾਮ ਆਇਆ। ਮਹਾਰਾਜ ਨੇ ਮਤਲਬ ਕਰਤਾਰ ਦੀ ਤਸੱਵਰ ਤੱਕ, ਕਰਤਾਰ ਦਾ ਮਤਲਬ ਹੈ ਜਿਹੜਾ ਕਰਤਾ, ਜਿਹੜਾ ਕਰਨ ਵਾਲਾ ਅਸਲ ਵਿੱਚ। ਵੀ ਆਰ ਨੋਟ ਡੂਅਰਸ, ਵੀ ਆਰ ਜਸਟ ਰੋਲ ਪਲੇਅਰਸ। ਡੂਅਰ ਤਾਂ ਕੋਈ ਹੋਰ ਆ, ਮੈਂ ਕਹਾਂ ਮੈਂ ਕਰਨ ਵਾਲਾ, ਮੇਰੇ ਅੰਦਰ ਕੋਈ ਐਨਰਜੀ ਪਈ ਹੈ ਜਿਹੜੀ ਮੈਨੂੰ ਕਰਨ ਵਾਸਤੇ ਪ੍ਰੇਰ ਰਹੀ ਹੈ, ਜਿਹੜੀ ਮੈਨੂੰ ਜੀਵਨ ਦੇ ਰਹੀ ਹੈ। ਮੈਂ ਕੀ ਕਰ ਸਕਦਾ? ਮੈਂ ਤਾਂ ਇੱਕ ਸਾਹ ਵੀ ਨਹੀਂ ਲੈ ਸਕਦਾ। ਰਿਐਲਿਟੀ 'ਚ ਦੇਖਿਆ ਜਾਏ ਸਾਡੀ ਪ੍ਰਿਜ਼ਨ ਸੈਟਿੰਗ ਦੇ 'ਚ, ਅਸੀਂ ਜਿੱਥੇ ਕੰਮ ਕਰਦੇ ਹਾਂ, ਇਸੇ ਹਫ਼ਤੇ ਹੀ ਸਾਡਾ ਆਪਣਾ ਇੱਕ ਕੁਲੀਗ, ਅਤੇ ਬੜਾ ਹੈਲਦੀ ਸਭ ਜੀਵਨ ਬੜਾ ਵਧੀਆ ਚੱਲ ਰਿਹਾ। ਹੁਣ ਬਿਲਕੁਲ ਰਿਟਾਇਰਮੈਂਟ ਏਜ ਦੇ ਨੇੜੇ ਸੀਗਾ, ਅਤੇ ਕਹਿੰਦਾ ਰਿਟਾਇਰਮੈਂਟ ਪਲਾਨ ਕਰਦਾ ਹਾਂ ਸਭ ਕੁਛ। ਸਮਹਾਓ ਮੈਂ ਉਸ ਦਿਨ ਗਿਆ, ਮੁਲਾਕਾਤ ਹੋਣੀ ਸੀ, ਕੋਈ ਸਾਡੀ ਮੀਟਿੰਗ ਸੀਗੀ ਅਤੇ ਉਹ ਆਇਆ ਨਹੀਂ, ਅਤੇ ਤਾਂ ਹੀ ਉਹਦੀ ਵਾਈਫ ਦਾ ਮੈਸੇਜ ਆਇਆ। ਅਤੇ ਉਹ ਜਿਹੜਾ ਇੱਕ ਹੋਰ ਕੁਲੀਗ ਹੈ ਉਹ ਕਹਿੰਦਾ ਵੈਸੇ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ, ਪਰ ਕਿਉਂਕਿ ਤੇਰੇ ਨਾਲ ਮੀਟਿੰਗ ਸੈੱਟ ਕੀਤੀ ਸੀ ਉਹਨੇ, ਅਤੇ ਉਹ ਪਤਾ ਕਰਦਿਆਂ ਨੂੰ ਵੀ ਪਤਾ ਹੋਣਾ, ਅਤੇ ਉਹ ਕਹਿੰਦੇ ਵੀ ਉਹ ਡੈਬੀ ਦਾ ਮੈਸੇਜ ਆਇਆ ਕਿ ਹੀ ਕੈਨ ਨੋਟ ਕਮ, ਹੀ ਇਜ਼ ਇਨ ਹੋਸਪਿਟਲ। ਕੀ ਹੋਇਆ? ਸਟ੍ਰੋਕ ਹੋਈ, ਖੂਨ ਹੀ ਹੈ ਰਗਾਂ 'ਚ ਚੱਲ ਰਿਹਾ ਸਾਰਾ, ਖੂਨ ਦਾ ਮਾੜਾ ਜਿਹਾ ਕਹਿ ਲਓ ਕਿ ਜਿੰਨਾ ਉਹ ਲੈਵਲ ਪਤਲਾ ਚਾਹੀਦਾ ਉਹ ਤੋਂ ਮਾੜਾ ਜਿਹਾ ਮੋਟਾ ਹੋਇਆ, ਕਲੌਟ ਬਣਿਆ ਨਹੀਂ ਡਨ।
ਮਤਲਬ ਬੰਦਾ ਕਹਿੰਦਾ ਮੈਂ ਬੜੀ ਤੋਪ ਹਾਂ, ਸਿਰਫ ਇੱਕ ਛੋਟਾ ਜਿਹਾ ਬਸ ਪਲਾਟ ਆਇਆ, ਫਿਰ ਬੰਦਾ ਕਹੇ ਮੈਂ ਕਰਨ ਵਾਲਾ? ਨਹੀਂ, ਕਿਸੇ ਨੇ ਤੈਨੂੰ ਜੀਵਨ ਬਖਸ਼ਿਆ ਆ, ਕਿਹਦੇ ਹੁਕਮ ਵਿੱਚ ਚੱਲ ਰਿਹਾ ਆ। ਜਿਹਨੂੰ ਬਾਬਾ ਜੀ ਕਹਿੰਦੇ ਸਾਸ ਸਾਸ ਪ੍ਰਤਪਾਲਦਾ, ਹਰ ਸਾਹ ਪ੍ਰਤਪਾਲ ਰਿਹਾ, ਫਿਰ ਕਰਤਾ ਤਾਂ ਉਹ ਹੋਇਆ ਨਾ। ਮੈਂ ਤਾਂ ਜਸਟ ਇੱਕ ਉਸ ਜਿਹੜਾ ਕਰਨ ਹਾਰ ਆ ਉਹਦਾ ਇੱਕ ਛੋਟਾ ਜਿਹਾ ਸਾਧਨ ਆ। ਗੁਰੂ ਬਾਬਾ ਜੀ ਬਿਆਨ ਕਰਦੇ, ਤੁਧ ਬਿਨ ਦੂਜਾ ਨਾ ਹੀ ਕੋਏ, ਤੇਰੇ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਤੂੰ ਕਰਤਾਰ ਕਰੇ ਸੋ ਹੋਏ, ਜਦੋਂ ਤੂੰ ਕਰਤਾਰ ਵਰਤੇਂਗਾ ਰਵੇਂਗਾ ਤਾਂ ਹੀ ਹੋਏਗਾ। ਸਿਮਰਨ ਕਰਦਿਆਂ ਕਰਦਿਆਂ ਇਹੀ ਪ੍ਰਵਿਰਤੀ ਆ ਜਾਣੀ। ਬਾਣੀ ਦਾ ਆਈਡੀਅਲ ਦੇਖੋ ਕੀ ਹੈ, ਮੇਰਾ ਮੁਜਮ ਹੈ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤਾ, ਕਿਆ ਲੱਗ ਗਿਆ ਮੇਰਾ, ਮੈਂ ਕਾਹਦੇ 'ਤੇ ਮਾਣ ਕਰਕੇ ਬੈਠਾ। ਜਿਹੜੀ ਹੰਕਾਰ ਦੀ ਸਭ ਤੋਂ ਵੱਡੀ ਅਲਾਮਤ ਆ, ਕਹਿੰਦੇ ਨੇ ਨਿਰੰਕਾਰ ਕਿਸੇ ਨੇ ਨਹੀਂ ਵੇਖਿਆ, ਇਨਡੀਡ ਹੰਕਾਰ ਵੀ ਕਿਸੇ ਨੇ ਨਹੀਂ ਵੇਖਿਆ। ਹੰਕਾਰ ਵੀ ਇੱਕ ਸਪੇਸ ਹੈ ਖਾਲੀ, ਬਸ ਫਤੂਰ ਚੜ੍ਹਿਆ, ਬਿਹੇਵੀਅਰ ਉਹਦੇ 'ਚੋਂ ਨਿਕਲਦਾ ਜਿਹੜਾ ਉਹ ਤੰਗ ਕਰਦਾ। ਹੰਕਾਰੀ ਬੰਦੇ ਦਾ ਵਿਹਾਰ ਉਸਨੂੰ ਵੀ ਤੰਗ ਕਰਦਾ, ਦੂਜੇ ਨੂੰ ਵੀ ਤੰਗ ਕਰਦਾ। ਨਿਰੰਕਾਰ ਦੇ ਨਾਲ ਜੁੜੇ ਹੋਏ ਸ਼ਖਸ ਦਾ ਵਿਹਾਰ ਉਹਦੇ ਲਈ ਵੀ ਭਲਾ ਕਰਦਾ, ਦੂਜੇ ਲਈ ਵੀ ਭਲਾ ਕਰਦਾ। ਬਾਬਾ ਜੀ ਕਹਿੰਦੇ ਇਹ ਐਕਸੈਪਟ ਕਰਨਾ, ਮੈਂ ਕੌਣ ਆ ਕਰਨ ਕਰਾਉਣ ਵਾਲਾ, ਉਹ ਤਾਂ ਵਾਹਿਗੁਰੂ ਹੈ। ਜੇ ਉਹਨੇ ਮਿੱਟੀ ਨੂੰ ਮਾਣ ਦਿੱਤਾ ਆ, ਕੋਈ ਰੋਲ ਪਲੇ ਕਰਨ ਲਈ ਦੇ ਦਿੱਤਾ, ਕੋਈ ਸੋਝੀ ਦੇ ਦਿੱਤੀ, ਅਕਲ ਦੇ ਦਿੱਤੀ, ਬਲਕਿ ਉਹਦਾ ਧੰਨਵਾਦ ਜ਼ਿਆਦਾ ਕਰ, ਸ਼ੁਕਰ ਹੈ ਮਾਲਕ। ਮੁੱਝ ਅਦਨੇ ਵਰਗੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਮਿੱਟੀ ਦੇ ਪੁਤਲੇ, ਮੈਨੂੰ ਆ ਮਾਣ ਦੇ ਦਿੱਤਾ। ਇਹਨੂੰ ਸਾਹਿਬ ਨੇ ਕਿਹਾ ਕਿ ਤੇਰਾ ਤੁਝ ਕੋ ਸੌਂਪਤਾ, ਕਿਆ ਲੱਗ ਹੈ ਮੇਰਾ, ਹੁਣ ਮੈਂ ਕਾਹਦੇ 'ਤੇ ਮਾਣ ਕਰਾਂ। ਬਚਨ ਆਇਆ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਤੇਰਾ ਹੀ ਜ਼ੋਰ ਹੈ ਅਤੇ ਤੇਰੀ ਮਨ ਵਿੱਚ ਟੇਕ ਹੈ, ਆਸਰਾ ਹੈ। ਇਹ ਅਹਿਸਾਸ ਰੱਖੀਏ, ਬੰਦਾ ਬਹੁਤੀ ਵਾਰੀ ਜਿਹਨੂੰ ਅਸੀਂ, ਮੈਂ ਲਫਜ਼ ਯੂਜ਼ ਕੀਤਾ ਸੀ ਐਨਗਜ਼ਾਇਟੀ। ਐਨਗਜ਼ਾਇਟੀ ਕਿੱਥੋਂ ਆਉਂਦੀ? ਜਦੋਂ ਅਸੀਂ ਇਹਦੀ ਡਿਸਕ੍ਰਿਪਸ਼ਨ ਪੜ੍ਹਦੇ ਹਾਂ ਮੈਂਟਲ ਹੈਲਥ ਦੇ ਵਿੱਚ, ਵੈਨ ਵੀ ਫੀਲ ਵੀ ਆਰ ਲੂਜ਼ਿੰਗ ਆਵਰ ਕੰਟਰੋਲ, ਦੈਟ ਮੀਨ ਵੀ ਆਰ ਇਨ ਐਨਗਜ਼ਾਇਟੀ। ਜਦੋਂ ਮੈਨੂੰ ਲੱਗਦਾ ਮੇਰਾ ਕੰਟਰੋਲ ਮੇਰੇ ਹੱਥੋਂ ਜਾ ਰਿਹਾ, ਮੈਂ ਐਂਕਸ਼ੀਅਸ ਫੀਲ ਕਰਨਾ ਸ਼ੁਰੂ ਕਰ ਦਿੰਦਾ। ਅਤੇ ਜਦੋਂ ਪਤਾ ਕੰਟਰੋਲ ਹੈ ਹੀ ਕੁਛ ਨਹੀਂ, ਕਿ ਕੰਟਰੋਲ ਕਿਸ ਚੀਜ਼ 'ਤੇ ਕੰਟਰੋਲ ਕਰਾਂਗਾ ਮੈਂ, ਸਭ ਕਰਤਾਰ ਦੇ ਹੁਕਮ ਵਿੱਚ ਹੋ ਰਿਹਾ ਆ, ਅਤੇ ਮੈਂ ਆਪਣੀ ਸੁਰਤ ਨੂੰ ਉਹਦੇ ਹੁਕਮ ਦੀ ਪਰਵਾਜ਼ 'ਚ ਪਾ ਦਿਆਂ। ਬਾਬਾ ਜੀ ਕਹਿੰਦੇ ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਦਾ ਤੋਂ ਲੈ ਕੇ ਸਦਾ ਤੱਕ ਹੇ ਨਾਨਕ ਉਸ ਇੱਕ ਦੀ ਆਰਾਧਨਾ ਕਰ, ਉਸ ਵਾਹਿਗੁਰੂ ਦੇ ਨਾਲ। ਅਤੇ ਮਲਟੀਪਲ ਲੈਵਲ ਦਾ ਟਾਸਕ ਹੈ ਬਾਣੀ ਦੇ ਵਿੱਚ ਜਪਣਾ। ਲਫਜ਼ਾਂ ਦਾ ਦੁਹਰਾਓ ਹੈ, ਸ਼ਬਦਾਂ ਦਾ ਦੁਹਰਾਓ ਹੈ, ਸੰਗਤ ਆ, ਸੋਝੀ ਹੈ ਹੌਲੀ ਹੌਲੀ, ਫਿਰ ਹੌਲੀ ਹੌਲੀ ਇਹਦੀ ਐਕਸਰਸਾਈਜ਼ ਹੈ ਜੀਵਨ ਦੇ ਵਿੱਚ, ਇਹ ਸਾਰਾ ਜਪ ਦਾ ਹਿੱਸਾ। ਇਸ ਨੂੰ ਸਾਹਿਬ ਨੇ ਸਾਰਿਆਂ ਨੂੰ ਬਿਆਨ ਕੀਤਾ ਹੈ। ਅਗਲਾ ਬਚਨ ਲੈ ਲਈਏ, ਮਹਾਰਾਜ ਬਿਆਨ ਕਰਦੇ, ਹੈ ਤੂੰ ਹੋਵਣ ਹਾਰ ਵਾਹਿਗੁਰੂ। ਇਹ ਵੀ ਗੱਲ ਹੋਈ, ਹਾਂ ਕਦੀ ਬੰਦਾ ਰੱਬ ਦਾ ਤਸੱਵਰ ਕਰਦਾ ਸੀਗਾ ਕਿਸੇ ਯੁੱਗ ਦੇ ਵਿੱਚ, ਮੱਧ ਯੁੱਗ ਵਿੱਚ, ਉਦੋਂ ਕੁਛ ਹੋਰ ਨਹੀਂ ਸੀਗਾ, ਹੁਣ ਤਾਂ ਬੜੀ ਦੁਨੀਆ ਬਦਲ ਗਈ, ਸਭ ਕੁਛ ਬੰਦੇ ਦੇ ਕੰਟਰੋਲ 'ਚ ਹੈ ਸਾਰਾ। ਹਕੀਕਤ ਇਹ ਹੈ, ਨਾ ਕੁਝ ਬੰਦੇ ਦੇ ਕੰਟਰੋਲ 'ਚ ਕੱਲ੍ਹ ਸੀਗਾ, ਨਾ ਕੋਈ ਅੱਜ ਹੈ, ਨਾ ਆਉਂਦੇ ਕੱਲ੍ਹ ਹੋਏਗਾ। ਇਹ ਤਾਂ ਵੱਡੀ 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 ਸਾਰੀ ਦੀ ਸਾਰੀ ਖੇਡ ਚੱਲ ਰਹੀ ਹੈ। ਉਹਦੇ 'ਚ ਜਿੰਨਾ ਅਸੀਂ ਹੁਕਮ ਨੂੰ ਸਮਝ ਲਵਾਂਗੇ, ਹੁਕਮ ਦੇ ਨੇੜੇ ਰਹਾਂਗੇ, ਮਹਾਰਾਜ ਕਹਿੰਦੇ ਖੁਸ਼ ਰਹਾਂਗੇ, ਸੁਖੀ ਰਹਾਂਗੇ। ਹੁਕਮ ਨੂੰ ਤੋੜਾਂਗੇ, ਹੁਕਮੀ ਦੀ ਬਰਖਿਲਾਫਤ ਵਿੱਚ ਚੱਲਾਂਗੇ, ਦੁਖੀ ਹੋਵਾਂਗੇ।
ਬਾਕੀ ਹੈ ਤੂੰ ਹੋਵਣਹਾਰ, ਹੈ ਵੀ ਸੈਂ, ਤੂੰ ਉਸ ਪਹਿਲਾਂ ਮੌਜੂਦ ਸੈਂ, ਹੁਣ ਵੀ ਮੌਜੂਦ ਹੈ, ਆਉਂਦੇ ਸਮੇਂ 'ਚ ਵੀ ਤੂੰ ਹੀ ਮੌਜੂਦ ਹੋਣਾ। ਅਗਮ ਅਗਾਧ ਊਚ ਅਪਾਰ, ਅਗਮ ਅਗਾਧ, ਅਗਾਧ ਬੋਧ, ਕੁਝ ਚੀਜ਼ਾਂ ਦਾ ਸਾਨੂੰ ਬੋਧ ਹੋ ਜਾਂਦਾ ਹੈ, ਬੌਧਿਕਤਾ ਅਸੀਂ ਸਮਝ ਲੈ ਲੈਂਦੇ ਹਾਂ, ਇੰਟਲੈਕਚੁਅਲ ਸਾਈਡ 'ਤੇ ਅਸੀਂ ਅੰਡਰਸਟੈਂਡ ਕਰ ਲੈਂਦੇ ਹਾਂ, ਪਰ ਬਹੁਤ ਸਾਰਾ ਹਿੱਸਾ ਸਾਨੂੰ ਉਹਦਾ ਬੋਧ ਨਹੀਂ ਹੁੰਦਾ, ਉਹ ਸਾਡੇ ਲਈ ਅਗਾਧ ਆ, ਜਿਹਨੂੰ ਬੌਧਿਕਤਾ ਨਹੀਂ ਪਕੜ ਪਾਉਂਦੀ। ਜਿਵੇਂ ਕਈ ਵਾਰੀ ਅਸੀਂ ਭਾਈ ਸਾਹਿਬ ਦੀਆਂ ਨਜ਼ਮਾਂ ਪੜ੍ਹਦੇ ਹਾਂ, ਭਾਈ ਵੀਰ ਸਿੰਘ ਜੀ ਦੀਆਂ, ਸਾਡੀ ਦੁਨੀਆ 'ਚ ਵੈਨ ਵੇਅਰ ਵਟ ਵਾਏ ਹਾਓ, ਇਹਦੇ ਨਾਲ ਸੰਸਾਰ ਚੱਲਦਾ ਆ, ਇਹ ਕਿਵੇਂ ਹੋਇਆ, ਇਹ ਕਿਉਂ ਹੋਇਆ, ਇਹਨੂੰ ਐਕਸਪਲੇਨ ਕਰ, ਇਹ ਸਾਰਾ ਕੁਝ ਅਸੀਂ ਸਮਝਣਾ ਚਾਹੁੰਦੇ ਹਾਂ। ਉਹ ਕਹਿੰਦੇ ਬੰਦੇ ਗੱਲ ਧਿਆਨ ਨਾਲ ਸੁਣੀ, ਕੀ ਹੋਇਆ ਅਤੇ ਕੀਕੂੰ ਹੋਇਆ, ਖੱਪ ਖੱਪ ਮੋਏ ਸਿਆਣੇ। ਬੌਧਿਕਤਾ ਬੜਾ ਖਪਾਉਂਦੀ ਹੈ, ਕਹਿੰਦੀ ਹਰ ਚੀਜ਼ ਨੂੰ ਬਿਲਕੁਲ ਮੈਨੂੰ ਕਲੀਅਰ ਕੱਟ ਸਮਝ ਆਉਣਾ ਚਾਹੀਦਾ, ਮੈਂ ਬਿਲਕੁਲ ਸਾਫ ਗੋਈ ਨਾਲ ਸਮਝ ਲਵਾਂ ਹਰ ਚੀਜ਼। ਉਹ ਕਹਿੰਦੇ ਨਹੀਂ ਸਮਝ ਪਾਏਗਾ, ਬਹੁਤ ਕੁਝ ਰਹੱਸਵਾਦ ਹੀ ਹੈ, ਇਹ ਬੜੀ ਵੱਡੀ ਸਾਰੀ ਇੱਕ ਮਿਸਟਰੀ ਹੈ ਜਿਹੜੀ ਨਹੀਂ ਸੋਲਵ ਹੁੰਦੀ। ਕਹਿੰਦੇ ਕੀ ਹੋਇਆ ਅਤੇ ਕੀਕੂ ਹੋਇਆ, ਖੱਪ ਖੱਪ ਮੋਏ ਸਿਆਣੇ, ਇਹ ਤਰ੍ਹਾਂ ਪਵੇਂ ਕਿਉਂ ਜਿੰਦੇ, ਜਿਸ ਤਰ੍ਹਾਂ ਪੂਰ ਮੁਹਾਣੇ, ਪੂਰਾਂ ਦੇ ਪੂਰ ਮੁਹਾ ਗਏ ਇਸ ਪਾਸੇ ਜਾ ਕੇ। ਫਿਰ ਕਰਨਾ ਕੀ, ਕਹਿਣਗੇ ਭਟਕਣ ਛੱਡ ਲਟਕਲਾ ਇੱਕੋ, ਖੀਵੀ ਹੋ ਸੁੱਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ, ਜੋ ਰੱਖਦੀ ਸਦਾ ਟਿਕਾਣੇ। ਬਹੁਤੀ ਹੋਸ਼ਤਾਈ, ਬਹੁਤਾ ਅਵੇਅਰ, ਬਹੁਤਾ ਬੰਦਾ ਕਹਿੰਦਾ ਮੈਂ ਬਹੁਤ ਅਵੇਕਨ ਹੋਣਾ, ਬਾਬਾ ਜੀ ਕਹਿੰਦੇ ਨਹੀਂ ਹੋ ਪਾਏਗਾ, ਲਿਮਿਟ ਆ ਤੇਰੀ। ਅਗਮ ਅਗਾਧ ਊਚ ਅਪਾਰ, ਉਹ ਬੇਅੰਤ ਬੜਾ ਅਗਮ ਆ, ਬੜਾ ਅਗਾਧ ਆ। ਜੋ ਤੁਧ ਸੇਵੈ ਤਿਨ ਭਉ ਦੁੱਖ ਨਾ ਹੈ, ਜਿਹੜੇ ਉਸ ਵਾਹਿਗੁਰੂ ਦੇ ਤਸੱਵਰ ਚੱਲ ਗਏ ਉਹਨਾਂ ਦੇ ਜੀਵਨ 'ਚੋਂ ਦੁੱਖ ਖਤਮ ਹੁੰਦਾ, ਅਤੇ ਸਭ ਤੋਂ ਵੱਡਾ ਦੁੱਖ ਭਉ ਡਰ। ਜਿੰਨਾ ਉੱਚੇ ਵਾਹਿਗੁਰੂ ਦਾ ਤਸੱਵਰ ਸੁਰਤ 'ਚ ਰਹੇਗਾ ਉਤਨਾ ਬੰਦੇ ਦੇ ਅੰਦਰੋਂ ਡਰ ਖਤਮ ਹੋ ਜਾਏਗਾ, ਕਿਉਂਕਿ ਨਿਰਮਲ ਭੈ ਵਿੱਚ ਆ ਜਾਏਗਾ ਜੀਵਨ। ਗੁਰਪ੍ਰਸਾਦ ਨਾਨਕ ਗੁਣਗਾਹੇ, ਅਤੇ ਗੁਰੂ ਦੇ ਤਰਸ ਦੇ ਨਾਲ ਹੇ ਨਾਨਕ ਉਹ ਵਾਹਿਗੁਰੂ ਦਾ ਗੁਣਗਾਨ ਕਰਨ ਦੇ ਸਮਰੱਥ ਹੋ ਜਾਂਦੇ, ਜਿਨ੍ਹਾਂ ਨੂੰ ਉਹ ਵਾਹਿਗੁਰੂ ਆਪਣਾ ਸਹਾਰਾ ਦੇ ਦਿੰਦਾ। ਜੋ ਦਿਸੈ ਸੋ ਤੇਰਾ ਰੂਪ, ਬਾਕੀ ਕਿੱਥੇ ਵਾਹਿਗੁਰੂ ਹੈ, ਕਿੱਥੇ ਰਹਿੰਦਾ ਆ, ਬਾਬਾ ਜੀ ਕਹਿੰਦੇ ਸਭ ਉਹਦਾ ਹੀ ਰੂਪ ਆ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਮੈਂ ਉਹਦੇ ਨਾਲ ਰਿਲੇਸ਼ਨਸ਼ਿਪ ਕਿਵੇਂ ਬਣਾਉਣੀ, ਕਿਉਂਕਿ ਗੁਣ ਨਿਧਾਨ ਹੈ, ਮੈਂ ਸਭ ਵਿੱਚ ਵੇਖਦਾ ਹੋਇਆ ਉਹਦੇ ਗੁਣੀ ਨਿਧਾਨ ਰੂਪ ਨੂੰ, ਗੁਣਾਂ ਨੂੰ ਗ੍ਰਹਿਣ ਕਰਕੇ ਉਹਦੀ ਐਕਸਰਸਾਈਜ਼ ਕਰਨੀ, ਇਹ ਮੇਰੇ ਲਈ ਭਗਤੀ ਹੈ। ਅਸੀਂ ਬਚਨ ਪੜ੍ਹੀ ਨਾ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਮੈਂ ਜਿੰਨਾ ਮਰਜ਼ੀ ਕਲੇਮ ਕਰ ਲਾਂ, ਮੈਂ ਆਹ ਪਾਠ ਕਰਦਾ, ਮੈਂ ਇੰਨੀ ਸਮਾਧੀ ਲਾਉਂਦਾ, ਮੈਂ, ਬਾਬਾ ਜੀ ਕਹਿੰਦੇ ਨਾ ਨਾ, ਪਤਾ ਗੁਣਾਂ ਤੋਂ ਲੱਗਣਾ, ਗੁਣ ਕਿੰਨੇ ਨੇ ਜੀਵਨ ਦੇ ਵਿੱਚ, ਭਗਤੀ ਹੈ ਹੀ ਗੁਣਾਂ ਦਾ ਤਸੱਵਰ ਆ। ਸੋ ਸਾਹਿਬ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਹੇ ਨਾਨਕ ਉਹਦੀ ਸਮ੍ਰਿਤੀ ਕਰ, ਸਮ੍ਰਿਤੀ ਕਰਦਿਆਂ ਕਰਦਿਆਂ ਵੀ ਅਹਿਸਾਸ ਰੱਖੀ, ਸਮ੍ਰਿਤੀ 'ਚ ਵੀ ਉਹ ਤਾਂ ਵੱਸੇਗਾ ਜਦੋਂ ਕਿਤੇ ਕਰਮ ਕਰੇਗਾ, ਉਹ ਬਖਸ਼ਿਸ਼ ਕਰੇਗਾ। ਜਿਨ ਜਪਿਆ ਤਿਸ ਕੋ ਬਲਿਹਾਰ, ਜਿਹਨੇ ਵੀ ਵਾਹਿਗੁਰੂ ਦੇ ਸੁਨਾਮ ਨੂੰ ਜਪਿਆ, ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਣਾ, ਤਿਸ ਕਹਿ ਸੰਗ ਤਰੈ ਸੰਸਾਰ, ਕਿਉਂਕਿ ਉਹ ਆਪ ਤਰਦਾ, ਆਪ ਜਪੈ ਅਵਰਹਿ ਨਾਮ ਜਪਾਵੈ, ਦੂਜੇ ਵਾਸਤੇ ਉਹ ਮਦਦਗਾਰ ਹੁੰਦਾ ਆ। ਤਿਸ ਕਹਿ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਹੇ ਨਾਨਕ ਕਹਿ ਵਾਹਿਗੁਰੂ ਨੇ ਮੇਰੀਆਂ ਖਾਹਿਸ਼ਾਂ ਦੀ ਪੂਰਤੀ ਕਰ ਦਿੱਤੀ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋਂ ਤੂਰ, ਬਾਂਛੋਂ ਤੂਰ, ਕਿਤੇ ਸੰਤ ਰੂਪ ਰੂਹਾਂ ਦੇ ਚਰਨਾਂ ਦੀ ਮੈਂ ਖਾਕ ਹੋ ਜਾਵਾਂ, ਬੜੀ ਹਲੀਮੀ ਨਿਮਰਤਾ ਦੇ ਨਾਲ। ਅਤੇ ਫਿਰ ਇਹ ਵੀ ਹੈ, ਕਈ ਵਾਰੀ ਮਾਫ਼ੀ ਚਾਹਾਂਗਾ, ਸੰਤ ਸ਼ਬਦ ਆਉਂਦਾ, ਬੰਦਾ ਉਹਨੂੰ ਕਈ ਵਾਰੀ ਹੋਰ ਤਰੀਕੇ ਨਾਲ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦਾ। ਸਾਡਾ ਸੰਤ ਬਾਬਾ ਕਬੀਰ ਹੀ ਹੈ, ਸਾਡਾ ਸੰਤ ਭਗਤ ਰਵਿਦਾਸ ਹੀ ਹੈ, ਸਾਡਾ ਸੰਤ ਭਗਤ ਨਾਮਦੇਵ ਹੀ ਹੈ,
ਸਾਡਾ ਸੰਤ ਅਸਲ ਸੰਤ ਸਰੂਪ ਗੁਰਬਾਣੀ ਅਤੇ ਗੁਰੂ ਸ਼ਬਦ ਦਾ ਉਪਦੇਸ਼ ਹੀ ਹੈ। ਇਹਦੀ ਹੀ ਚਰਨ ਧੂੜ ਪਕੜਨੀ ਮੁਰਾਦ, ਹਲੀਮੀ ਨਿਮਰਤਾ ਦੇ ਨਾਲ ਇਹਨਾਂ ਹੀ ਬਚਨਾਂ ਦਾ ਤਸੱਵਰ ਕਰਨਾ, ਇਹੀ ਸਾਡੇ ਵਾਸਤੇ ਭਗਤੀ ਹੈ, ਇਹੀ ਬੰਦਗੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਇੱਥੇ ਸਮਾਪਨ ਕਰਦੇ ਹਾਂ। ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।